ਔਰ ਮੈਂ ਜਦੋਂ ਇੱਕ ਕਿਤਾਬ ਵਕਰੀਤਾ ਵੀਰ ਦੇ ਨਾਲ ਇਸ ਦੇ ਬਾਰੇ ਗੱਲ ਵੀ ਕੀਤੀ ਤਾਂ ਉਸਨੇ ਕਿਹਾ ਕਿ ਸਾਡੇ ਕੋਲ ਇਹ ਵਾਲੀ ਕਿਤਾਬ ਨਹੀਂ ਮੰਗੀ ਜਾਂਦੀ ਜਿਹੜੀ ਅਸਲ ਕਿਤਾਬ ਹੈ ਬਲਕਿ ਜਿਹੜੀ ਉਸ ਦੀ ਨਕਲ ਹੈ ਜਿਹੜੀ ਤੱਥਾਂ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਜ਼ਿਆਦਾਤਰ ਵੀਰ ਆ ਕੇ ਉਸ ਨੂੰ ਮੰਗਦੇ ਨੇ ਤਾਂ ਉਹ ਤੇ ਲੱਗਦਾ ਹੈ ਕਿ ਵਾਕਿਆ ਇੱਕ ਫੌਜੀ ਜਰਨਲ ਦੀ ਲਿਖੀ ਹੋਈ ਕਿਤਾਬ ਹੋਵੇਗੀ ਪਰ ਇਹ ਕਿਤਾਬ ਦਾ ਲਿਖਣ ਦਾ ਜਿਹੜਾ ਪੱਤਰ ਹੈ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਸ਼ਾਇਦ ਇੱਕ ਸਿਪਾਹੀ ਦੇ ਬਰਾਬਰ ਵੀ ਨਹੀਂ। ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀਓ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਸ਼ਾ ਦੀ ਬਖਸ਼ਿਸ਼ ਮੁਕੱਦਸ ਸਵਤੇ بلند ਕਰੀਏ ਪਿਆਰ ਸਹਿਤ ਆਪਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਜੂਨ 1984 ਦੇ ਵਿੱਚ ਵਾਪਰੇ ਕੱਲੂ ਘਾਰੇ ਦੇ ਸਾਰਾ ਵਰਤਾਂਤ ਜਿਹੜਾ ਸੀ ਔਰ ਉਸ ਦੇ ਜਿਹੜੇ ਉਹਨਾਂ ਵਰਤਾਰਿਆਂ ਦੇ ਵੱਖ-ਵੱਖ ਅੰਛ ਸੀ ਉਹ ਤੁਹਾਡੇ ਨਾਲ ਸਾਂਝੇ ਕੀਤੇ ਅਕਸਰ ਉਹਨਾਂ ਸਾਰੇ ਵਰਤਾਰਿਆਂ ਦੀ ਸਾਂਝ ਦੇ ਦੌਰਾਨ ਜਾਂ ਫਿਰ ਸੋਸ਼ਲ ਮੀਡੀਆ ਦੇ ਉੱਪਰ ਸਮਾਜਿਕ ਮਾਧਮਾਂ ਦੇ ਉੱਪਰ ਜਦੋਂ ਸਰੋਤਾਂ ਦੀ ਗੱਲ ਚੱਲਦੀ ਸੀ ਕਿ ਕਿਹੜੇ ਸਰੋਤ ਨੇ 1984 ਦੇ ਨਾਲ ਸੰਬੰਧਿਤ ਤੇ ਉਹਨਾਂ ਦੇ ਵਿੱਚੋਂ ਇੱਕ ਅਹਿਮ ਸਰੋਤ ਸਾਡੇ ਕੋਲ ਕਲਦੀਪ ਬਰਾੜ ਦੀ ਕਿਤਾਬ ਸੀ ਆਪਰੇਸ਼ਨ ਬਲੂ ਸਟਾਰ ਏ ਟ੍ਰੂ ਸਟੋਰੀ ਸੋ ਅਕਸਰ ਜਦੋਂ ਉਹਦੇ ਵਿੱਚੋਂ ਕੋਈ ਨਾ ਕੋਈ ਹਵਾਲਾ ਦਿੱਤਾ ਜਾਂਦਾ ਸੀ ਤਾਂ ਉਸ ਦੇ ਨਾਲ ਹੀ ਇੱਕ ਪੰਜਾਬੀ ਦੀ ਕਿਤਾਬ ਜਿਹੜੀ ਕਲਦੀਪ ਬਰਾੜ ਦੇ ਨਾਮ ਦੇ ਉੱਪਰ ਛਪੀ ਹੈ ਸਾਕਾ ਨੀਲਾ ਤਾਰਾ ਉਹਦੇ ਉੱਪਰ ਵੀ ਦਾ ਟ੍ਰੂ ਸਟੋਰੀ ਲਿਖਿਆ ਸੀ ਸੋ ਜਦੋਂ ਸਾਡੇ ਵੀਰ ਜਾਂ ਸਾਡੇ ਬਲਾਰੇ ਕਿਤੇ ਨਾ ਕਿਤੇ ਉਸ ਪੰਜਾਬੀ ਦੀ ਕਿਤਾਬ ਦੇ ਵਿੱਚੋਂ ਜੂਨ 84 ਦੇ ਕੱਲੂ ਘਾਰੇ ਨਾਲ ਸੰਬੰਧਿਤ ਕੁਝ ਹਵਾਲਿਆਂ ਦੀ ਵਰਤੋਂ ਕਰਦੇ ਸੀ ਤਾਂ ਕਿਤੇ ਨਾ ਕਿਤੇ ਉਹ ਹਵਾਲੇ ਜਿਹੜੀ ਅੰਗਰੇਜ਼ੀ ਵਾਲੀ ਕਿਤਾਬ ਆ ਉਹਦੇ ਨਾਲ ਮੇਲ ਬਿਲਕੁਲ ਨਹੀਂ ਸਿਖਾਂਦੇ ਸੋ ਜੇਕਰ ਅਸੀਂ ਇਸ ਸਾਰੇ ਵਰਤਾਰੇ ਦੀ ਕਾਰਨ ਕੀ ਹੈ ਕਿ ਕੀ ਕਾਰਨ ਸੀ ਕਿ ਕੁਲਦੀਪ ਬਰਾੜ ਦੀ ਅਸਲੀ ਕਿਤਾਬ ਦੇ ਨਾਲ ਉਹ ਜਿਹੜੀ ਉਹਦੇ ਨਾਮ ਦੇ ਉੱਪਰ ਦੂਸਰੀ ਕਿਤਾਬ ਛਾਪੀ ਗਈ ਸਾਕਾ ਨੀਲਾ ਤਾਰਾ ਦਾ ਟਰੂ ਸਟੋਰੀ ਪੰਜਾਬੀ ਦੇ ਵਿੱਚ ਉਹ ਇੰਨੀ ਜ਼ਿਆਦਾ ਮਕਬੂਲ ਕਿਉਂ ਹੋਈ ਉਹਦੇ ਪਿੱਛੇ ਕਾਰਨ ਕੀ ਨੇ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਤੁਸੀਂ ਉਸ ਦੀ ਮੁੱਖ ਭੂਮਿਕਾ ਨੂੰ ਪੜੋਗੇ ਤਾਂ ਉਹਦੇ ਵਿੱਚ ਜਿਹੜਾ ਉਸ ਦਾ ਪੰਜਾਬੀ ਅਨਵਾਦ ਕਰਨ ਵਾਲਾ ਵਿਅਕਤੀ ਹੈ ਜਿਸ ਨੇ ਆਪਣਾ ਨਾਮ ਹੇਠਾਂ ਦਵਿੰਦਰ ਸਿੰਘ ਲਿਖਿਆ ਹੈ ਉਹ ਲਿਖਦਾ ਹੈ ਕਿ ਇਹ ਕਲਦੀਪ ਬਰਾੜ ਦੀ ਅੰਗਰੇਜ਼ੀ ਦੀ ਕਿਤਾਬ ਦਾ ਪੰਜਾਬੀ ਅਨਵਾਦ ਹੈ ਹੁਣ ਸਮੱਸਿਆ ਇਹ ਹੈ ਕਿ ਇਹਦਾ ਫਿਰ ਅੰਗਰੇਜ਼ੀ ਮੂਲ ਖਰੜਾ ਕਿਹੜਾ ਹੋਵੇਗਾ ਕਿਉਂਕਿ ਜਿਹੜਾ ਬਰਾਡ ਨੇ ਕਿਤਾਬ ਲਿਖੀ ਹੈ ਅੰਗਰੇਜ਼ੀ ਦੇ ਵਿੱਚ ਉਹਦੇ ਨਾਲ ਇਸ ਕਿਤਾਬ ਦਾ ਕੋਈ ਵੀ ਤੱਥ ਮੇਲ ਨਹੀਂ ਖਾਂਦਾ ਤੇ ਸੋ ਜਦੋਂ ਅਸੀਂ ਦੋਹਾਂ ਕਿਤਾਬਾਂ ਦਾ ਜੇ ਮੈਂ ਤੁਹਾਨੂੰ ਵਿਖਾ ਦੇਵਾਂ ਕਿ ਜਿਹੜੀ ਪੰਜਾਬੀ ਦੇ ਵਿੱਚ ਕਿਤਾਬ ਜਿਹੜੀ ਹੈ ਉਹ ਇਹ ਅਕਸਰ ਇਹ ਕਿਤਾਬ ਹੈ ਜਿਹੜੀ ਸਾਡੇ ਪਾਠਕਾਂ ਤੱਕ ਪਹੁੰਚਦੀ ਹੈ ਜਿਹਦੇ ਵਿੱਚੋਂ ਸਾਡੇ ਬਹੁਤ ਸਾਰੇ ਬੁਲਾਰੇ ਜਿਹੜੇ ਨੇ ਉਹ ਕਈ ਵਾਰ ਹਵਾਲੇ ਵੀ ਦਿੰਦੇ ਨੇ ਤੇ ਜਿਹੜੀ ਕੁਲਦੀਪ ਬਰਾੜ ਦੀ ਅਸਲੀ ਕਿਤਾਬ ਹੈ ਉਹ ਅੰਗਰੇਜ਼ੀ ਦੇ ਵਿੱਚ ਹੈ ਬਲੂ ਸਟਾਰ ਦਾ ਟੂ ਸਟੋਰੀ ਸੋ ਹੁਣ ਕਾਰਨ ਕੀ ਹੈ ਕਿ ਜਿਹੜੀ ਉਸ ਦੀ ਕਿਤਾਬ ਦਾ ਨਕਲੀ ਅਨਵਾਦ ਹੈ ਵੈਸੇ ਇਹ ਜਿਹੜੀ ਉਹਦੀ ਅੰਗਰੇਜ਼ੀ ਵਾਲੀ ਕਿਤਾਬ ਹੈ ਇਹਦਾ ਬਕਾਇਦਾ ਪੰਜਾਬੀ ਅਨਵਾਦ ਵੀ ਮਿਲਦਾ ਹੈ ਆਪਰੇਸ਼ਨ ਬਲੂ ਸਟਾਰ ਦੀ ਅਸਲ ਕਹਾਣੀ ਪਰ ਜ਼ਿਆਦਾ ਜਿਹੜੀ ਮਕਬੂਲੀਅਤ ਹੈ ਉਹ ਇਸ ਕਿਤਾਬ ਦੀ ਹੋਈ ਹੈ ਔਰ ਹੁਣ ਤੱਕ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਛਪ ਚੁੱਕੀ ਹੈ ਵੇਖ ਚੁੱਕੀ ਹੈ ਔਰ ਮੈਂ ਜਦੋਂ ਇੱਕ ਕਿਤਾਬ ਵਕਰੀਤਾ ਵੀਰ ਦੇ ਨਾਲ ਇਸ ਦੇ ਬਾਰੇ ਗੱਲ ਵੀ ਕੀਤੀ ਤਾਂ ਉਸਨੇ ਕਿਹਾ ਕਿ ਸਾਡੇ ਕੋਲ ਇਹ ਵਾਲੀ ਕਿਤਾਬ ਨਹੀਂ ਮੰਗੀ ਜਾਂਦੀ ਜਿਹੜੀ ਅਸਲ ਕਿਤਾਬ ਹੈ ਬਲਕਿ ਜਿਹੜੀ ਉਸ ਦੀ ਨਕਲ ਹੈ ਜਿਹੜੀ ਤੱਥਾਂ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਜ਼ਿਆਦਾਤਰ ਵੀਰ ਆ ਕੇ ਉਸ ਨੂੰ ਮੰਗਦੇ ਨੇ ਸੋ ਪਹਿਲੀ ਗੱਲ ਤਾਂ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਮੂਲ ਖਰੜਾ ਜਿਹੜਾ ਉਸ ਦਾ ਮੂਲ ਖਰੜਾ ਜੇ ਅਸੀਂ ਮੈਂ ਉਹਦੀ ਲਿਖਤ ਦੀ ਗੱਲ ਨਹੀਂ ਕਰ ਰਿਹਾ ਜਿਵੇਂ ਉਹਦੀ ਅਸਲ ਕਿਤਾਬ ਦੀ ਗੱਲ ਕਰ ਰਿਹਾ ਜੇਕਰ ਅਸੀਂ ਉਸ ਦੀ ਅਸਲ ਕਿਤਾਬ ਦੀ ਗੱਲ ਕਰੀਏ ਤਾਂ ਉਹਦੀ ਜਿਹੜੀ ਜਾਣਕਾਰੀ ਤੇ ਇਸ ਕਿਤਾਬ ਦੀ ਜਾਣਕਾਰੀ ਦੇ ਵਿੱਚ ਕੋਹਾਂ ਦਾ ਅੰਤਰ ਹੈ ਜੇ ਮੈਂ ਦੂਜੇ ਸ਼ਬਦਾਂ ਦੇ ਵਿੱਚ ਕਹਾਂ ਤਾਂ ਉਹ ਤੇ ਲੱਗਦਾ ਹੈ ਕਿ ਵਾਕਿਆ ਇੱਕ ਫੌਜੀ ਜਰਨਲ ਦੀ ਲਿਖੀ ਹੋਈ ਕਿਤਾਬ ਹੋਵੇਗੀ ਪਰ ਇਹ ਕਿਤਾਬ ਦਾ ਲਿਖਣ ਦਾ ਜਿਹੜਾ ਪੱਧਰ ਹੈ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਕਿ ਸ਼ਾਇਦ ਇੱਕ ਸਿਪਾਹੀ ਦੇ ਬਰਾਬਰ ਵੀ ਨਹੀਂ ਪਰ ਇਹ ਸਾਨੂੰ ਕਿਤਾਬ ਚੰਗੀ ਕਿਉਂ ਲੱਗਦੀ ਹੈ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਵਿੱਚ ਸ਼ਾਇਦ ਆਪਣੀ ਸਿਫਤ ਸੁਣਨ ਦੀ ਜਿਹੜੀ ਭਾਵਨਾ ਹੈ ਜਾਂ ਆਪਣੇ ਆਪ ਨੂੰ ਇਹ ਦਰਸਾਉਣ ਦੀ ਕਿ ਸਾਡੀ ਬਹਾਦਰੀ ਦੀ ਕੋਈ ਗੱਲ ਕਰੇ ਸਾਡੀ ਕੋਈ ਤਾਰੀਫ ਕਰੇ ਚਾਹੇ ਝੂਠੀ ਹੀ ਹੋਵੇ ਜਾਂ ਸਾਡੇ ਜਿਹੜੇ ਨਾਇਕ ਨੇ ਜੂਨ 1984 ਦੇ ਕੱਲੂ ਘਾਰੇ ਦੇ ਨਾਇਕ ਨੇ ਜਿਹੜੇ ਉਹਨਾਂ ਦੀ ਤਾਰੀਫ ਅਸੀਂ ਸੁਣਨਾ ਚਾਹੁੰਦੇ ਹਾਂ ਇਹ ਸਾਡੀ ਮਾਨਸਿਕਤਾ ਹੈ ਤੇ ਉਸੇ ਮਾਨਸਿਕਤਾ ਦੇ ਵਿੱਚੋਂ ਸਾਨੂੰ ਉਹ ਕਿਤਾਬ ਜ਼ਿਆਦਾ ਚੰਗੀ ਲੱਗਦੀ ਹੈ ਜਿਹੜੀ ਕਿਤਾਬ ਦੇ ਵਿੱਚ ਸਾਡੇ ਨਾਇਕਾਂ ਦੀ ਤਾਰੀਫ਼ ਜ਼ਿਆਦਾ ਕੀਤੀ ਗਈ ਹੈ ਭਾਵੇਂ ਕਿ ਜੇਕਰ ਇਸ ਕਿਤਾਬ ਨੂੰ ਸਮੁੱਚੇ ਰੂਪ ਦੇ ਵਿੱਚ ਅਸੀਂ ਅਧਿਐਨ ਕਰੀਏ ਤਾਂ ਇਹ ਅਸਲ ਕਿਤਾਬ ਦੇ ਨਾਲੋਂ ਜ਼ਿਆਦਾ ਨੁਕਸਾਨਦੇਹ ਹੈ ਉਹ ਨੁਕਸਾਨ ਦੇ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨਕਲੀ ਕਿਤਾਬ ਦੇ ਵਿੱਚ ਦਿੱਤੀਆਂ ਹੋਈਆਂ ਜਿਹੜੀਆਂ ਜਾਣਕਾਰੀਆਂ ਨੇ ਜਿਉਂ-ਜਿਉਂ ਸਾਡੇ ਬੱਚਿਆਂ ਨੂੰ ਅਗਲੀ ਪੀੜ੍ਹੀ ਨੂੰ ਭੁੱਖ ਦੀ ਪੀੜ੍ਹੀ ਨੂੰ ਜਿੰਨੋ ਜਿੰਨੋ ਗਿਆਨ ਹੋਵੇਗਾ ਇਹਦੇ ਵਿਚਲੀ ਦਿੱਤੀ ਹੋਈ ਸਾਰੀ ਕਹਾਣੀ ਜਿਹੜੀ ਹੈ ਉਹ ਤੁਹਾਨੂੰ ਕਾਲਪਨਿਕ ਤੇ ਝੂਠੀ ਨਜ਼ਰ ਆਵੇਗੀ ਉਹਦੇ ਨਾਲ ਕੀ ਹੋਵੇਗਾ ਕਿ ਜਿਹੜੇ ਮੇਰੇ ਵੀਰ ਇਸ ਕਿਤਾਬ ਦੇ ਵਿੱਚੋਂ ਜ਼ਿਆਦਾਤਰ ਹਵਾਲੇ ਦੇ ਦਿੰਦੇ ਨੇ ਉਹਨਾਂ ਦੇ ਜਿਹੜੇ ਹਵਾਲੇ ਨੇ ਜਦੋਂ ਆਉਣ ਵਾਲੀ ਪੀੜ੍ਹੀ ਸੁਣੇਗੀ ਤਾਂ ਉਹ ਕਿਤੇ ਨਾ ਕਿਤੇ ਝੂਠ ਸਾਬਤ ਹੋਣਗੇ ਸੋ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਇਹਦਾ ਕਾਰਨ ਕੀ ਹੈ ਮੈਂ ਜਿੰਨਾ ਤੱਕ ਸੋਚਦਾ ਏ ਕਿ ਉਹੀ ਸਾਡੀ ਮਾਨਸਿਕਤਾ ਹੈ ਕਿ ਅਸੀਂ ਆਪਣੀ ਜੇਤੂ ਸੂਚ ਝੂਠੀ ਤਾਰੀਫ਼ ਕਿਤੇ ਨਾ ਕਿਤੇ ਸੁਣਨਾ ਚਾਹੁੰਦੇ ਪਰ ਮੈਂ ਕਹਿੰਦਾ ਕਿ ਦੁਸ਼ਮਣ ਨੇ ਬੇਸ਼ੱਕ ਅਸਲੀ ਉਹਦਾ ਜੇ ਕੋਈ ਸਰੋਤ ਹੈ ਤਾਂ ਦੁਸ਼ਮਣ ਨੇ ਜੇਕਰ ਆਪਣੀ ਵੀ ਗੱਲ ਕੀਤੀ ਹੈ ਤਾਂ ਉਹ ਜਿਹੜੇ ਸਾਡੇ ਗੁਣ ਨੇ ਉਹਨਾਂ ਗੁਣਾਂ ਦੀ ਗੱਲ ਉਹ ਜ਼ਰੂਰ ਕਰ ਜਾਂਦਾ ਕਿਤੇ ਨਾ ਕਿਤੇ ਹਵਾਲਾ ਲੈਣਾ ਹੋਵੇ ਤਾਂ 18ਵੀਂ ਸਦੀ ਦੀ جنگ ਦੇ ਵਿੱਚ ਕਾਜ਼ੀ ਨੂਰ ਮੁਹੰਮਦ ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਲਾਉਂਦਾ ਉਹਦਾ ਜਿਹੜਾ ਜੰਗਨਾਮਾ ਹੈ ਉਹ ਸਾਰੇ ਜੰਗਨਾਮੇ ਦੇ ਵਿੱਚ ਸਾਨੂੰ ਕੁੱਤੇ ਸ਼ਬਦ ਦੇ ਨਾਲ ਸੰਬੋਧਿਤ ਹੁੰਦਾ ਹੈ ਪਰ ਅਖੀਰ ਤੇ ਜਾ ਕੇ ਤਾਰੀਫੇ ਸਗਾ ਕੁੱਤਿਆਂ ਦੀ ਤਾਰੀਫ ਉਹਦੇ ਵਿੱਚ ਉਹ ਇਹ ਗੱਲ ਵੀ ਕਹਿ ਦਿੰਦਾ ਹੈ ਕਿ ਸਗਾ ਰਾਮਾ ਗੋਸਕ ਕੇ ਹਸਤੰਦ ਸ਼ੇਰ ਬ ਮਾਦਾਨੇ ਮਰਦਾਂ ਚ ਸ਼ੇਰਾਂ ਦੇ ਲੇ ਇਹ ਹੀ ਗੱਲ ਇਸ ਕਿਤਾਬ ਦੇ ਵਿੱਚ ਜਿਹੜੀ ਕੁਲਦੀਪ ਬਰਾੜ ਦੀ ਅਸਲੀ ਕਿਤਾਬ ਹੈ ਉਹਦੇ ਵਿੱਚ ਵੀ ਉਹ ਗੱਲ ਕਹਿ ਦਿੰਦਾ ਹੈ ਕਿ ਇਹ ਮੈਨੂੰ ਇਹ ਗੱਲ ਕਹਿਣ ਤੋਂ ਕੋਈ ਸੰਕੋਚ ਨਹੀਂ ਕਿ ਪਿੰਡਰਾ ਵਾਲੇ ਦੇ ਅਨਿਆਈ ਤੇ ਉਸਦੇ ਸਾਥੀ ਬੜੀ ਬਹਾਦਰੀ ਦੇ ਨਾਲ ਲੜੇ ਸੋ ਇਸ ਕਿਤਾਬ ਦਾ ਸਾਨੂੰ ਨੁਕਸਾਨ ਕੀ ਹੈ ਠੀਕ ਹੈ ਸਾਨੂੰ ਇਹ ਦੇ ਵਿੱਚ ਆਪਣੀ ਸਿਫਤ ਸੁਣਨੀ ਚੰਗੀ ਲੱਗਦੀ ਹੈ ਪਰ ਇਹਦਾ ਨੁਕਸਾਨ ਕੀ ਹੈ ਇਹਦਾ ਜਿਹੜਾ ਨੁਕਸਾਨ ਹੈ ਉਹਦਾ ਜੇਕਰ ਅਸੀਂ ਥੋੜਾ ਲੜੀਵਾਰ ਅਧਿਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਜੇਕਰ ਤੁਸੀਂ ਇਸ ਨੂੰ ਚੰਗੇ ਤਰੀਕੇ ਦੇ ਨਾਲ ਮੈਂ ਤੇ ਸਭ ਨੂੰ ਕਹੂੰਗਾ ਬੇਸ਼ੱਕ ਮੈਂ ਇਸ ਕਿਤਾਬ ਦੇ ਹੱਕ 'ਚ ਨਹੀਂ ਹੈਗਾ ਪਰ ਤੁਹਾਨੂੰ ਇਹ ਪੜ੍ਹਨੀ ਜ਼ਰੂਰ ਚਾਹੀਦੀ ਹੈ ਇਸ ਕਰਕੇ ਪੜ੍ਹਨੀ ਚਾਹੀਦੀ ਹੈ ਕਿ ਤੁਹਾਨੂੰ ਵਰਤਮਾਨ ਸਮੇਂ ਦੇ ਵਿੱਚ ਏ ਪਤਾ ਜਰੂਰ ਲੱਗ ਜਾਵੇ ਕਿ ਸਰੋਤਾਂ ਦੇ ਵਿੱਚ ਘੋਸਪੈਠ ਕਿਵੇਂ ਹੁੰਦੀ ਹੈ ਨਕਲੀ ਇਤਿਹਾਸ ਕਿਵੇਂ ਸਿਰਜਿਆ ਜਾਂਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਨੁਕਸਾਨ ਦੇ ਕਿਵੇਂ ਹੁੰਦਾ ਹੈ ਸੋ ਮੈਂ ਕਹਿਣਾ ਕਿ ਇੱਕ ਵਾਰੀ ਤੁਹਾਨੂੰ ਦੋਹਾਂ ਹੀ ਕਿਤਾਬਾਂ ਨੂੰ ਸਮਾਨਾਂਤਰ ਰੱਖ ਕੇ ਜਰੂਰ ਪੜ੍ਹਨਾ ਚਾਹੀਦਾ ਹੈ ਦੋਹਾਂ ਕਿਤਾਬਾਂ ਨੂੰ ਪੜ੍ਹਨਾ ਚਾਹੀਦਾ ਹੈ ਸਾਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਨਕਲੀ ਕਹਾਣੀਆਂ ਨੇ ਉਹ ਬਣਾਈਆਂ ਜਾਂਦੀਆਂ ਨੇ ਹੁਣ ਜਦੋਂ ਸੰਤ ਜਰਨੈਲ ਸਿੰਘ ਦੀ ਗੱਲ ਕਰਦਾ ਇਸ ਕਿਤਾਬ ਦੇ ਵਿੱਚ ਤੇ ਉਹ ਸਭ ਤੋਂ ਪਹਿਲਾ ਨਿਸ਼ਾਨਾ ਬਣਾਉਂਦਾ ਹੈ ਹਰਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਨੂੰ ਉਸ ਅੰਮ੍ਰਿਤ ਸਰੋਵਰ ਦੀ ਗੱਲ ਕਰਦੇ ਹਾਂ ਕੀ ਕਹਿੰਦਾ ਹੈ ਕਹਿੰਦਾ ਹੈ ਕਿ ਭਿੰਡਰਾ ਵਾਲਾ ਇਹ ਗੱਲ ਜਾਣਦਾ ਸੀ ਕਿ ਜਿਸ ਪਾਣੀ ਦੇ ਵਿੱਚ ਡੱਡੂ ਤੇ ਮੱਛੀਆਂ ਹੁੰਦੇ ਨੇ ਉਹਨਾਂ ਦੇ ਪਾਣੀ ਦੇ ਵਿੱਚ ਘੁੰਮਣ ਦੇ ਨਾਲ ਇੱਕ ਖਾਸ ਤਰ੍ਹਾਂ ਦੀ ਊਰਜਾ એનર્ਜੀ ਪੈਦਾ ਹੁੰਦੀ ਹੈ ਜਿਦੇ ਨਾਲ ਕੁਝ ਰੋਗ ਠੀਕ ਹੁੰਦੇ ਨੇ ਸੋ ਇਸ ਦਾ ਮਤਲਬ ਕਿ ਪਹਿਲਾ ਕਿੰਤੂ ਅੰਮ੍ਰਿਤ ਸਰੋਵਰ ਦੇ ਉੱਪਰ ਕੀਤਾ ਜਾਂਦਾ ਹੈ ਕਿ ਇਹ ਜਿਹੜੀ ਅਮਰਿਤਸਰ ਸਰੋਵਰ ਦੀ ਪਵਿੱਤਰਤਾ ਦੀ માનਤਾ ਹੈ ਉਹ ਸਾਡੀ ਮਾਨਸਿਕਤਾ ਦੇ ਵਿੱਚ ਇਸ ਕਰਕੇ ਨਹੀਂ ਹੈ ਕਿ ਹਰਿਮੰਦਰ ਸਾਹਿਬ ਦਾ ਪਵਿੱਤਰ ਸਰੋਵਰ ਹੈ ਜਾਂ ਜਿਹੜੇ ਲੋਕਾਂ ਦੇ ਵਿਸ਼ਵਾਸ ਬਣੇ ਹੋਏ ਨੇ ਉਹ ਇਸ ਕਰਕੇ ਨਹੀਂ ਹੈ ਕਿ ਉੱਥੇ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਸਥਾਨ ਹੈ ਬਲਕਿ ਉਹ ਕਹਿੰਦਾ ਹੈ ਕਿ ਰੋਗਾਂ ਦੀ ਨਿਵਰਤੀ ਇਸ ਕਰਕੇ ਹੋ ਜਾਂਦੀ ਹੈ ਕਿ ਉਸ ਪਾਣੀ ਦੇ ਵਿੱਚ ਮੱਛੀਆਂ ਜਾਂ ਹੋਰ ਜਿਹੜੇ ਜਲਜੀਵ ਹੁੰਦੇ ਨੇ ਅਗਲੀ ਗੱਲ ਜਦੋਂ ਉਹ ਜਾ ਕੇ ਕਰਦਾ ਹੈ ਕਹਿੰਦਾ ਹੈ ਕਿ ਮੈਨੂੰ ਇੰਜ ਵੀ ਲੱਗਦਾ ਹੈ ਕਿ ਭਿੰਡਰਾਂ ਵਾਲੇ ਦੇ ਕੋਲ ਬਹੁਤ ਲੋਕ ਉਹ ਆਉਂਦੇ ਸੀ ਜਿਨ੍ਹਾਂ ਦੇ ਕੁੜੀਆਂ ਹੁੰਦੀਆਂ ਸੀ ਤੇ ਮੈਨੂੰ ਲੱਗਦਾ ਹੈ ਕਿ ਭਿੰਡਰਾਂ ਵਾਲਾ ਪ੍ਰਸ਼ਾਦ ਦੇ ਵਿੱਚ ਚੋਰੀ ਛੁਪੇ ਮੁੰਡੇ ਹੋਣ ਦੀ ਦਵਾਈ ਦੇ ਦਿਆ ਕਰਦਾ ਸੀ ਸੋ ਇਹ ਗੱਲ ਨਾ ਤਾਂ ਵਿਗਿਆਨਿਕ ਪੱਖ ਦੇ ਉੱਪਰ ਪੂਰੀ ਉਤਰਦੀ ਹੈ ਪਰ ਤੁਸੀਂ ਇਹ ਗੱਲ ਵੇਖੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਸ ਕਿਤਾਬ ਦੇ ਲੇਖਾਂ ਨੂੰ ਇਸੇ ਤਰ੍ਹਾਂ ਦੇ ਨਾਲ ਹੀ ਪ੍ਰਚਾਰਿਆ ਤੇ ਪ੍ਰਸਾਰਿਤ ਕੀਤਾ ਜਾਵੇਗਾ ਤੇ ਸੱਚ ਜਾਣਿਓ ਜਿਹੜੇ ਸਾਡੇ ਇਸ ਸਦੀ ਦੇ ਨਾਇਕ ਨੇ ਉਨ੍ਹਾਂ ਦਾ ਅਕਸ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਦੀ ਮਾਨਸਿਕਤਾ ਦੇ ਵਿੱਚ ਕਿਸ ਤਰ੍ਹਾਂ ਦਾ ਪੈਦਾ ਹੋਵੇਗਾ ਫਿਰ ਅਗਲੀ ਗੱਲ ਉਹ ਬੜੀ ਅਹਿਮ ਕਰਦਾ ਹੈ ਕਹਿੰਦਾ ਕਿ ਇਹ ਕਿਤਾਬ ਮੈਂ ਇਸ ਕਰਕੇ ਲਿਖ ਰਿਹਾ ਇਹ ਮੈਂ ਨਕਲੀ ਕਿਤਾਬ ਦੀ ਗੱਲ ਕਰ ਰਿਹਾ ਹੇ ਕਿਤਾਬ ਮੈਂ ਇਸ ਕਰਕੇ ਲਿਖ ਰਿਹਾ ਕਿ ਸਰਕਾਰ ਦੇ ਕਹਿਣ ਦੇ ਉੱਪਰ ਮੈਂ ਜਿੰਨਾ ਵੱਡਾ ਕੰਮ ਕੀਤਾ ਭਾਵੇਂ ਕਿ 1984 ਦੇ ਵਿੱਚ ਕੱਲੂ ਘਾਰੇ ਜਿਸ ਦੀ ਮੈਂ ਅਗਵਾਹੀ ਕੀਤੀ ਫੌਜ ਦੇ ਵੱਲੋਂ ਸਰਕਾਰ ਨੇ ਮੈਨੂੰ ਮੇਰੀ ਕੀਤੀ ਹੋਈ ਸੇਵਾ ਦੇ ਮੁਤਾਬਕ ਮੈਨੂੰ ਕੋਈ ਇਨਾਮ ਨਹੀਂ ਦਿੱਤਾ ਇਹ ਗੱਲ ਵੀ ਬਿਲਕੁਲ ਗਲਤ ਹੈ ਕਿਉਂਕਿ ਉਹਨੂੰ ਜਿਹੜਾ ਇੱਕ ਜਿਉਂਦੇ ਕਿਸੇ ਕਹਿ ਸਕਦੇ ਹੋ ਕਿ ਫੌਜੀ ਅਫਸਰ ਨੂੰ ਜਿੰਨੇ ਕ ਮੈਡਲ ਜਾਂ ਜਿੰਨੇ ਕ ਸਨਮਾਨ ਮਿਲ ਸਕਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਪਰਮ ਵਿਸ਼ਿਸ਼ਟ ਸੇਵਾ ਮੈਡਲ ਬੜਾ ਅਹਿਮ ਹੈ ਉਹ ਬਾਕਾਇਦਾ ਤੌਰ ਤੇ ਉਸ ਨੂੰ ਮਿਲਿਆ ਹੋਇਆ ਹੈ ਬਾਕੀ ਵੀ ਜੇਕਰ ਤੁਸੀਂ ਉਸ ਦੀ ਪ੍ਰੋਫਾਈਲ ਚੈੱਕ ਕਰਦੇ ਹੋ ਤਾਂ ਬਹੁਤ ਸਾਰੇ ਇਨਾਮ ਜਿਹੜੇ ਸਰਕਾਰ ਦੇ ਵੱਲੋਂ ਫੌਜੀ ਅਫਸਰਾਂ ਨੂੰ ਦਿੱਤੇ ਜਾਂਦੇ ਨੇ ਤਕਰੀਬਨ ਸਾਰੇ ਹੀ ਉਸ ਨੂੰ ਮਿਲੇ ਹੋਏ ਨੇ ਸੋ ਪਹਿਲੀ ਗੱਲ ਤਾਂ ਉਹਦੇ ਜਿਹੜੇ ਝੂਠ ਹੈ ਇਸ ਕਿਤਾਬ ਦੇ ਮੈਂ ਲੇਖਕ ਦੇ ਝੂਠਾਂ ਦੀ ਗੱਲ ਨਹੀਂ ਕਰੂੰਗਾ ਮੈਂ ਇਸ ਕਿਤਾਬ ਦੇ ਝੂਠਾਂ ਦੀ ਗੱਲ ਕਰੂੰਗਾ ਕਿ ਇਸ ਕਿਤਾਬ ਦੇ ਜਿਹੜੇ ਝੂਠ ਨੇ ਉਹ ਤਾਂ ਆਰੰਭ ਦੇ ਵਿੱਚ ਹੀ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਫਿਰ ਅੱਗੇ ਜਾ ਕੇ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਫੌਜ ਦਾ ਜਰਨਲ ਹੋਵੇ ਇੱਕ ਤਰ੍ਹਾਂ ਦੇ ਨਾਲ ਉਹ ਲੈਫਟੀਨੈਂਟ ਜਰਨਲ ਹੋਵੇ ਉਹਨੂੰ ਇਹ ਨਾ ਪਤਾ ਹੋਵੇ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਵੱਡੇ ਰਾਜਨੀਤਿਕ ਵਿਅਕਤੀ ਜਾਂ ਜਿਹੜੀਆਂ ਖਾਸ ਸ਼ਖਸੀਅਤਾਂ ਨੇ ਉਹਨਾਂ ਨੂੰ ਜਿਹੜੀ ਸੁਰੱਖਿਆ ਦਿੱਤੀ ਜਾਂਦੀ ਹੈ ਉਹ ਜੈਡ ਪਲੱਸ ਹੁੰਦੀ ਹੈ ਉਹ ਹਰ ਜਗ੍ਹਾ ਦੇ ਉੱਪਰ ਏ ਜੈਡ ਸੁਰੱਖਿਆ ਦੀ ਗੱਲ ਕਰਦਾ ਹੈ ਸੋ ਖੈਰ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਅੱਗੇ ਜਿਹੜੀਆਂ ਤਕਨੀਕੀ ਗਲਤੀਆਂ ਨੇ ਉਹ ਵੱਡੀਆਂ ਜਿਹੜੀਆਂ ਅਹਿਮ ਨੇ ਉਹ ਕਹਿੰਦਾ ਕਿ ਭਿੰਡਰਾ ਵਾਲਿਆਂ ਦਾ ਜਿਹੜਾ ਜਨਮ ਹੈ ਉਹ 1946 ਦੇ ਵਿੱਚ ਹੋਇਆ ਹੁਣ ਤਾਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਇੱਥੋਂ ਤੱਕ ਕਿ ਉਹਨਾਂ ਦਾ ਸਕੂਲ ਦਾ ਜਿਹੜਾ ਸਰਟੀਫਿਕੇਟ ਹੈ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਅਵੇਲੇਬਲ ਹੈ ਉਪਲਬਧ ਹੈ ਤਾਂ ਉਹਦੇ ਵਿੱਚ ਵੀ ਜਿਹੜੀ ਉਹਨਾਂ ਦੀ ਜਨਮ ਦੀ ਤਰੀਕ ਹੈ ਉਹ 2 ਜੂਨ 1947 ਲਿਖੀ ਹੋਈ ਹੈ ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜੀ ਕਿਤਾਬ ਹੈ ਇਹ ਜਦੋਂ ਆਰੰਭ ਹੀ ਅਸੀਂ ਕਰਦੇ ਆ ਤਾਂ ਇਹ ਬਹੁਤ ਸਾਰੀਆਂ ਗਲਤ ਜਾਣਕਾਰੀਆਂ ਦੇ ਨਾਲ ਭਰਪੂਰ ਨੇ ਅਜਿਵੇਂ ਸ਼ੁਰੂਆਤ ਕੀਤੀ ਹੈ ਕਿ ਮੂਲ ਰੂਪ ਦੇ ਵਿੱਚ ਇਹ ਗਲਤੀਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਕਿਸ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ ਫਿਰ ਅੱਗੇ ਕਹਿੰਦਾ ਹੈ ਕਿ ਕੋਕਾ ਕੋਲਾ ਕੰਪਨੀ ਦਾ ਜਿਹੜਾ ਮਾਲਕ ਬਾਰੂਮਲ ਉਹ ਸੰਤ ਜਰਨੈਲ ਸਿੰਘ ਉਹਨਾਂ ਦਾ ਸ਼ਰਦਾਲੂ ਬਣ ਗਿਆ ਹੁਣ ਪਹਿਲੀ ਗੱਲ ਤੇ ਕਿ ਇਹ ਵੀ ਸਾਨੂੰ ਕਿਤੇ ਨਾ ਕਿਤੇ ਖੋਜ ਵਿਚਾਰ ਕਰਨੀ ਪਵੇਗੀ ਕਿ ਕੀ ਕੋਕਾ ਕੋਲਾ ਕੰਪਨੀ ਜਿਹੜੀ ਹੈ ਉਹ 1986 ਦੇ ਵਿੱਚ ਜਾਂ 84 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸੀ ਕਿਉਂਕਿ 1950 ਦੇ ਵਿੱਚ ਆਈ ਸੀ ਉਸ ਤੋਂ ਬਾਅਦ ਸਰਕਾਰ ਦੇ ਨਾਲ ਇਹਨਾਂ ਦਾ ਕੋਈ ਝਗੜਾ ਚੱਲ ਗਿਆ 1970 ਦੇ ਵਿੱਚ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਕੋਕਾ ਕੋਲਾ ਜਿਹੜਾ ਬਣਾਉਣਾ ਸੀ ਉਹ ਬੰਦ ਕਰ ਦਿੱਤਾ ਤੇ 1993 ਦੇ ਵਿੱਚ ਦੁਬਾਰਾ ਫਿਰ ਇਸ ਕੰਪਨੀ ਦੀ ਆਮਦ ਹੁੰਦੀ ਹੈ ਸੋ ਛੋਟੀਆਂ-ਛੋਟੀਆਂ ਕੰਪਨੀਆਂ ਕੋਕਾ ਕੋਲਾ ਦੇ ਨਾਮ ਦੇ ਉੱਪਰ ਤਾਂ ਠੰਡੇ ਬਣਾ ਕੇ ਕਹਿ ਸਕਦੇ ਹੋ ਕਿ ਵੇਚ ਰਹੀਆਂ ਸੀਗੀਆਂ ਜਿਹਨੂੰ ਅਸੀਂ 2 ਨੰਬਰ 'ਚ ਕਹਿ ਸਕਦੇ ਹਾਂ ਪਰ ਕੋਕਾ ਕੋਲਾ ਦੀ ਅਧਾਰਤ ਫੈਕਟਰੀ ਤੇ ਉਹਦਾ ਕੋਈ ਮਾਲਕ ਬਾਰੂਮਲ ਹੋਵੇ ਮੇਰੇ ਖਿਆਲ ਦੇ ਨਾਲ ਜੇ ਕੋਈ ਹੁੰਦਾ ਤੇ ਹੁਣ ਤੱਕ ਉਹਦੇ ਪਰਿਵਾਰ ਦੇ ਵਿੱਚੋਂ ਕੋਈ ਨਾ ਕੋਈ ਵਿਅਕਤੀ ਸਾਹਮਣੇ ਆ ਜਾਣਾ ਸੀ ਸੋ ਇੱਥੋਂ ਲੱਗਦਾ ਹੈ ਕਿ ਇਹ ਸਭ ਕੁਝ ਜਿਹੜਾ ਇੱਕ ਬਣਾ ਕੇ ਸਿੱਖਾਂ ਦੇ ਸਿਰ ਮੜਿਆ ਜਾ ਰਿਹਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਝੂਠਾ ਸਾਬਤ ਕਰ ਦਿੱਤਾ ਜਾਵੇ ਇਹਦੇ ਵਿੱਚ ਤਾਂ ਇੱਥੋਂ ਤੱਕ ਵੀ ਲਿਖਿਆ ਹੈ ਕਿ ਇੱਕ ਵਾਰੀ ਇੰਦਰਾ ਗਾਂਧੀ ਨੇ ਭਿੰਡਰਾਂ ਵਾਲਿਆਂ ਨੂੰ ਕਿਸੇ ਖਾਸ ਵਿਅਕਤੀ ਦੇ ਰਾਹੀਂ ਕਹਿੰਦਾ ਇਹ ਗੱਲ ਮੈਨੂੰ अरुण कुमार वैद्य ਨੇ ਦੱਸੀ ਵੇਖੋ ਜਿਹੜੀਆਂ ਐਵੇਂ ਦੀਆਂ ਰਾਜਨੀਤਿਕ ਗੱਲਾਂ ਤੇ ਰਾਜਨੀਤਿਕ ਭੇਦ ਹੁੰਦੇ ਨੇ ਉਹ ਫੌਜੀ ਅਫਸਰਾਂ ਦੇ ਨਾਲ ਸਾਂਝੇ ਨਹੀਂ ਕੀਤੇ ਜਾਂਦੇ ਕਿ ਇੰਦਰਾ ਗਾਂਧੀ ਨੇ ਭਿੰਡਰਾਂ ਵਾਲੇ ਨੂੰ 2 ਅਰਬ ਦੀ ਜਿਹੜੀ ਹੈ ਉਹ ਪੇਸ਼ਕਸ਼ ਕੀਤੀ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਕਿਤੇ ਨਾ ਕਿਤੇ ਗਲਤ ਹੈ ਫਿਰ ਜੇਕਰ ਤੁਸੀਂ ਇੱਕ ਅਹਿਮ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਅਸੀਂ ਜਿੰਨੇ ਵੀ ਖਾਸ ਕਰਕੇ ਸਿੱਖ ਪਾਠਕ ਵਰਗ ਹੈ ਜਾਂ ਸਿੱਖ ਸਰੋਤਾ ਵਰਗ ਹੈ ਉਹ ਅਸੀਂ ਸਾਰੇ ਜਾਣਦੇ ਆ ਕਿ ਜਦੋਂ ਹਰਮੰਦਰ ਸਾਹਿਬ ਦੇ ਉੱਪਰ ਇੱਕ ਲੂਕਾਰਾ ਵਰਤਾਇਆ ਗਿਆ ਤੇ 3 ਜੂਨ 1984 ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਹੀਦੀ ਦਿਹਾੜਾ ਸੀ ਹੁਣ ਇਸ ਕਿਤਾਬ ਦਾ ਜੇਕਰ ਤੁਸੀਂ ਇੱਕ ਬਹੁਤ ਵੱਡਾ ਝੂਠ ਵੇਖਣਾ ਤੇ ਉਹ ਕਹਿੰਦਾ ਕਿ 2 ਜੂਨ ਨੂੰ 2 ਜੂਨ ਨੂੰ ਰਾਤ ਦੇ 10:30 ਵਜੇ ਅਸੀਂ ਦੋ ਟੋਲੀਆਂ ਫੌਜ ਦੀਆਂ ਦਰਬਾਰ ਸਾਹਿਬ ਪਰਕਰਮਾਂ ਦੇ ਵਿੱਚ ਭੇਜੀਆਂ ਜਿਹਦੇ ਵਿੱਚੋਂ 2200 ਬੰਦਾ ਤੇ ਪ੍ਰਕਰਮਾਂ ਦੇ ਵਿੱਚ ਜਾ ਕੇ ਫੈਲ ਗਿਆ ਤੇ 1700 ਬੰਦਾ ਜਿਹੜਾ ਸੀ ਅਸੀਂ ਰਾਖਵਾਂ ਰੱਖਿਆ ਤੇ ਇਸ 2200 ਜਮਾ 1700 ਬੰਦੇ ਦੇ ਉੱਪਰ ਭਿੰਡਰਾਂ ਵਾਲੇ ਦੇ ਸਾਥੀਆਂ ਨੇ ਜਿਹੜਾ ਸੀਗਾ ਉਹ ਬੜੀ ਖੁੱਲ ਕੇ ਫਾਇਰਿੰਗ ਕੀਤੀ ਜਿਹਦੇ ਵਿੱਚੋਂ 2076 ਬੰਦੇ ਜਿਹੜੇ ਨੇ ਉਹ 2 ਜੂਨ ਦੀ ਰਾਤ ਨੂੰ ਮਾਰੇ ਗਏ ਤੇ ਕਿੰਦਾ 3 ਜੂਨ ਨੂੰ ਸਵੇਰੇ ਅਸੀਂ ਸਪੀਕਰਾਂ ਦੇ ਉੱਪਰ ਅਨਾਉਂਸਮੈਂਟ ਕਰਾ ਕੇ ਜਦੋਂ ਨੋਚੀ ਬੀਗ ਸਿੰਘ ਤੇ ਪਿੰਡਰਾਂ ਵਾਲੇ ਦੇ ਕੋਲੋਂ ਇਹ ਇਜਾਜ਼ਤ ਲਈ ਕਿ ਪ੍ਰਕਰਮਾਂ ਦੇ ਵਿੱਚੋਂ ਸਾਨੂੰ ਇਹਨਾਂ 2000 ਵਿਅਕਤੀਆਂ ਦੀਆਂ ਲਾਸ਼ਾਂ ਚੁੱਕ ਲੈਣ ਦਿਓ ਤੇ ਅਸੀਂ ਅੰਮ੍ਰਿਤਸਰ ਸ਼ਹਿਰ ਦੇ 200 ਜਾਂ 300 ਭੰਗੀਆਂ ਨੂੰ ਬੁਲਾ ਕੇ ਇਹ ਜਿਹੜੀਆਂ ਲਾਸ਼ਾਂ ਸੀ ਆਪਣੇ ਫੌਜੀਆ ਦੀਆਂ ਤੇ ਫੱਟੜਾਂ ਨੂੰ ਅਸੀਂ ਚੁੱਕਿਆ ਹੁਣ ਤੁਸੀਂ ਖਿਆਲ ਕਰੋ 3 ਜੂਨ ਨੂੰ ਬਹੁਤ ਸਾਰੀਆਂ ਸੰਗਤਾਂ ਬਹੁਤ ਸਾਰੇ ਪ੍ਰਤੱਖਦਰਸ਼ੀ ਨੇ ਔਰ ਇੱਥੋਂ ਤੱਕ ਵੀ ਸਾਰਿਆਂ ਨੂੰ ਪਤਾ ਹੈ ਕਿ 3 ਜੂਨ ਨੂੰ ਵੀ ਸਵੇਰੇ ਕਰਫਿਊ ਦੇ ਵਿੱਚ ਖੋਲ ਦਿੱਤੀ ਗਈ ਬਹੁਤ ਸਾਰੀਆਂ ਸੰਗਤਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਜਾ ਕੇ ਦਰਸ਼ਨ ਦੇਦਾਰ ਕੀਤੇ ਤੇ ਜੇਕਰ 2000 ਤੋਂ ਵੱਧ ਲਾਸ਼ ਫੌਜੀਆਂ ਦੀ ਪ੍ਰਕਰਮਾਂ ਦੇ ਵਿੱਚ ਪਈ ਹੁੰਦੀ ਇੰਨੀਆਂ ਬੰਦਿਆਂ ਨੂੰ ਮਾਰਨ ਦੇ ਵਾਸਤੇ ਕਿੰਨੀਆਂ ਗੋਲੀਆਂ ਚੱਲੀਆਂ ਹੋਣਗੀਆਂ ਤੇ ਉਹਦਾ ਕੋਈ ਨਿਸ਼ਾਨ ਪ੍ਰਕਰਮਾਂ ਦੇ ਵਿੱਚ ਨਾ ਹੁੰਦਾ ਉਹਨਾਂ ਲਾਸ਼ਾਂ ਦਾ ਕੋਈ ਨਿਸ਼ਾਨ ਨਾ ਹੁੰਦਾ ਜਿਸ ਤਰ੍ਹਾਂ ਕਹਿੰਦਾ ਕਿ ਉਹਨਾਂ ਦੇ ਹਥਿਆਰ ਵੀ ਉੱਥੇ ਰਹਿ ਗਏ 2000 ਬੰਦੇ ਦੇ ਵਿੱਚੋਂ ਅੱਧੇ ਵੀ ਬੰਦਿਆਂ ਦੇ ਹਥਿਆਰ ਪ੍ਰਕਰਮਾਂ ਦੇ ਵਿੱਚ ਪਏ ਹੋਣ ਤਾਂ ਕਿ ਉੱਥੇ ਜਿਹੜੀਆਂ ਸੰਗਤਾਂ 3 ਜੂਨ ਨੂੰ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਨਤਮਸਤਕ ਹੋਣ ਵਾਸਤੇ ਸ੍ਰੀ ਦਰਬਾਰ ਸਾਹਿਬ ਗਈਆਂ ਸੀ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਾ ਲੱਗਦਾ ਸੋ ਇੱਥੋਂ ਪਤਾ ਲੱਗ ਜਾਂਦਾ ਕਿ ਇਹ ਸਾਰੀ ਗੱਲ ਝੂਠ ਹੈ ਅਗਲੀ ਗੱਲ ਕਹਿੰਦਾ ਕਹਿੰਦਾ ਕਿ 3 ਜੂਨ ਨੂੰ ਜਿਹੜੀਆਂ ਸੀਗੀਆਂ ਅਸੀਂ ਉੱਥੇ ਬੁਲੇਟ ਪ੍ਰੂਫ ਜਿਹੜੇ ਵਹੀਕਲ ਸੀ ਉਹ ਅੰਦਰ ਭੇਜੇ ਔਰ ਅੰਦਰ ਭੇਜੇ ਕਿ ਤਰ੍ਹਾਂ ਤੁਸੀਂ ਹੈਰਾਨ ਜਾਓ ਕਿ ਮੈਨੂੰ ਲੱਗਦਾ ਕਿ ਇਹ ਗੱਲਾਂ ਕਿਤੇ ਕਿਤੇ ਸਾਨੂੰ ਹਾਸੋਹੀਣੀਆਂ ਵੀ ਲੱਗਦੀਆਂ ਔਰ ਅਸੀਂ ਉਹਨਾਂ ਤੇ ਵਿਸ਼ਵਾਸ ਕਰੀ ਬੈਠੇ ਉਹ ਕਹਿੰਦਾ ਕਿ ਉਹ ਗੱਡੀਆਂ ਟਾਇਰਾਂ ਵਾਲੀਆਂ ਅੰਦਰ ਜਾ ਨਹੀਂ ਸਕਦੀਆਂ ਤੇ ਜਿਹੜੀ ਬੁਲਟ ਪ੍ਰੂਫ ਵਹੀਕਲ ਸੀ ਉਹਨਾਂ ਨੂੰ ਰੇਲ ਗੱਡੀ ਦੇ ਪਹੀਏ ਪਾ ਕੇ ਭੇਜਿਆ ਗਿਆ ਹੁਣ ਅਸੀਂ ਥੋੜਾ ਜਿਹਾ ਕਿਤੇ ਨਾ ਕਿਤੇ ਆਪਣੀ ਮਾਨਸਿਕਤਾ 'ਤੇ ਪ੍ਰਭੋਜ ਦਈਏ ਕਿ ਫਰਸ਼ ਦੇ ਉੱਪਰ ਰੇਲ ਗੱਡੀ ਦੇ ਪਹੀਏ ਚੱਲ ਸਕਦੇ ਨੇ ਸੋ ਕਹਿੰਦਾ ਕਿ ਜਦੋਂ ਉਹ ਗੱਡੀਆਂ ਜਿਹੜੀਆਂ ਅਸੀਂ ਅੰਦਰ ਭੇਜੀਆਂ ਤੇ ਉਹਨਾਂ ਦੇ ਉੱਪਰ ਆਰ ਡੀ ਐਕਸ ਦੀ ਵਰਤੋਂ ਕੀਤੀ ਗਈ ਕਿ ਭਿੰਡਰਾਂ ਵਾਲੇ ਦੇ ਜਿਹੜੇ ਸਾਥੀ ਸੀ ਉਹਨਾਂ ਨੇ ਆਪਣੇ ਆਪ ਨੂੰ ਆਰ ਡੀ ਐਕਸ ਬੰਨ ਕੇ ਤੇ ਸਾਡੇ ਜਿਹੜੇ ਫੌਜੀ ਜਵਾਨ ਸੀ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਹੁਣ ਜਦੋਂ ਆਰ ਡੀ ਐਕਸ ਦੀ ਗੱਲ ਆਉਂਦੀ ਖਾਸ ਕਰਕੇ ਇਸ ਕਿਤਾਬ ਦੇ ਵਿੱਚ ਤਾਂ ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ 1984 ਦੇ ਇਸ ਕੱਲੂ ਘਾਰੇ ਦੇ ਵਿੱਚ ਆਰ ਡੀ ਐਕਸ ਦੀ ਵਰਤੋਂ ਨਹੀਂ ਹੋਈ ਹੁਣ ਇਹ ਜਿਹੜਾ ਆਰ ਡੀ ਐਕਸ ਹੈ ਜਿਹੜਾ ਵੈਸੇ ਤੇ ਸਾਈਕਲੋ ਨਾਈਟ ਇਸ ਨੂੰ ਕਿਹਾ ਜਾਂਦਾ ਹੈ ਤੇ ਪਰ ਜਦੋਂ ਇਹਨੂੰ ਸੰਬੋਧਿਤ ਹੁੰਨੇ ਆ ਤੇ ਅਸੀਂ ਇਸ ਨੂੰ ਆਰ ਡੀ ਐਕਸ ਕਹਿ ਦਿੰਨੇ ਆ ਰਿਸਰਚ ਡਿਪਾਰਟਮੈਂਟ ਐਕਸਪਲੋਸਿਵ ਹੁਣ ਇਹ ਜਿਹੜਾ ਐਕਸਪਲੋਸਿਵ ਹੈ ਜਿਹੜਾ ਤਕਰੀਬਨ ਦੂਜੀ ਸੰਸਾਰ ਜੰਗ ਦੇ ਸਮੇਂ ਹੋਣ ਦੇ ਵਿੱਚ ਆ ਗਿਆ ਸੀ ਇਸ ਤੋਂ ਪਹਿਲਾਂ TNT ਦੀ ਵਰਤੋਂ بطور ਬਰੂਦ ਜਿਹੜੀ ਹੈ ਉਹ ਇੱਕ ਘਾਤਕ ਰਸਾਇਣ ਦੇ ਰੂਪ ਚ ਕੀਤੀ ਜਾਂਦੀ ਸੀ ਪਰ ਜੂਨ 84 ਦੇ ਵਿੱਚ ਨਾ ਤਾਂ ਸਰਕਾਰ ਦੇ ਕਿਲੋ ਜਬਤ ਕੀਤੇ ਦੇ ਵਿੱਚ ਤੇ ਨਾ ਜਿਹੜੇ ਪ੍ਰਤੱਖ ਦਰਸ਼ੀ ਨੇ ਉਹੀ ਦੱਸਦੇ ਨੇ ਕਿ ਕਿਸੇ ਤਰ੍ਹਾਂ ਦਾ ਕੋਈ ਆਈਡੀਆ ਕਿਸ ਅੰਦਰ ਸੀ ਇਥੋਂ ਤੱਕ ਕਿ ਜਿਹੜੀ ਬਰਾਡ ਦੀ ਆਪਣੀ ਅਸਲੀ ਕਿਤਾਬ ਹੈ ਉਹਦੇ ਵਿੱਚ ਵੀ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸ਼ਹੀਦ ਹੋ ਚੁੱਕੇ ਸਿੰਘਾਂ ਦੇ ਕੋਲੋਂ ਜਮਤ ਕੀਤੇ ਹਥਿਆਰਾਂ ਦੀ ਗੱਲ ਕਰਦਾ ਤੇ ਉਹ ਕਹਿੰਦਾ ਕਿ ਉਹਨਾਂ ਦੇ ਵਿੱਚ ਆਰਡੀਐਕਸ ਨਹੀਂ ਸੀ ਕਿਤੇ ਲਿਸਟ ਦੇ ਵਿੱਚ ਨਹੀਂ ਹੈਗਾ ਪਰ ਇਸ ਕਿਤਾਬ ਦੇ ਵਿੱਚ ਬਾਰ-ਬਾਰ ਆਰਡੀਐਕਸ ਦਾ ਨਾਮ ਆ ਰਿਹਾ ਜਿਸ ਦੀ ਵੱਤੋਂ ਦਰਬਾਰ ਸਾਹਿਬ ਦੇ ਇਸ ਕੱਲੂ ਘਾਰੇ ਦੀ جنگ ਦੇ ਦੌਰਾਨ ਜਿਹੜੀ ਹੈ ਉਹ ਨਹੀਂ ਹੋਈ ਅੱਗੇ ਜਾ ਕੇ ਬੜੀ ਇੱਕ ਹੋਰ ਗੱਲ ਲਿਖਦਾ ਹੈ ਕਹਿੰਦਾ ਕਿ ਅਸੀਂ 14 ਸਿੱਖ ਅਫਸਰ ਭੇਜੇ ਕਿ ਭਿੰਡਰਾਂ ਵਾਲਿਆਂ ਨੂੰ ਕਿਸੇ ਨਾ ਕਿਸੇ ਰੂਪ ਚ ਕਿਸੇ ਗੱਲ ਤੇ ਮਨਾ ਲਿਆ ਜਾਵੇ ਤੇ ਅਸੀਂ ਬਹੁਤ ਚਿਰ ਉਡੀਕਦੇ ਰਹੇ ਗੋਲੀਬਾਰੀ ਬੰਦ ਕਰਕੇ ਅਸੀਂ ਉਹਨਾਂ 14 ਅਫਸਰਾਂ ਨੂੰ ਉਡੀਕਦੇ ਰਹੇ ਤੇ ਭਿੰਡਰਾਂ ਵਾਲੇ ਦੇ ਬੰਦਿਆਂ ਨੇ ਉਹਨਾਂ ਨੂੰ ਬੇਇੱਜ਼ਤੀ ਕਰਕੇ ਭੇਜਿਆ ਤੇ ਉਸ ਤੋਂ ਬਾਅਦ ਅਖੰਡ ਕੀਰਤਨੀ ਜਥੇ ਦੇ ਤੇ ਬੱਬਰ ਖਾਲਸਾ ਦੇ ਕੁਝ ਬੰਦਿਆਂ ਨੇ ਉਹ ਜਿਹੜੇ ਸਾਡੇ 14 ਸਿੱਖ ਸੈਨਿਕ ਸੀ ਉਹਨਾਂ ਦੇ ਮੂੰਹ ਦੇ ਉੱਪਰ ਕਾਲਾ ਤੇਲ ਮਲ ਕੇ ਬਾਹਰ ਭੇਜਿਆ ਔਰ ਬੜੀ ਹਾਸੋਹੀਣੀ ਗੱਲ ਕਰਦਾ ਕਿ ਬੇਸ਼ੱਕ ਅਸੀਂ ਆਪਣੀਆਂ ਹੋਈਆਂ ਮੌਤਾਂ ਦੇ ਕਰਕੇ ਮਾਯੂਸ ਸੀ ਪਰ ਉਹਨਾਂ ਕਾਲੇ ਮੂੰਹ ਵਾਲਿਆਂ ਨੂੰ ਵੇਖ ਕੇ ਅਸੀਂ ਹੱਸਣਾ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਸੋਚੋ ਇੱਕ ਕਾਸਤ ਜਾਂ ਮੈਸੰਜਰਿਕ ਜੰਗੀ ਅਸੂਲ ਵੀ ਹੈ ਕਦੀ ਸਿੱਖਾਂ ਨੇ ਕਦੀ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇ ਜਾਂ ਫਿਰ ਕਿਤੇ ਚੱਲਦੀ ਜੰਗ ਦੇ ਵਿੱਚ ਕੋਈ ਐਵੇਂ ਦਾ ਵਰਤਾਰਾ ਵਾਪਰਿਆ ਹੋਵੇ ਔਰ ਇਹ ਗੱਲ ਇੱਕ ਫੌਜੀ ਜਰਨੈਲ ਦੇ ਨਾਮ ਦੇ ਉੱਪਰ ਲਿਖੀ ਜਾ ਰਹੀ ਹੈ ਆਉਣ ਵਾਲੇ ਸਮੇਂ 'ਚ ਅਸੀਂ ਇਸ ਤੇ ਵਿਸ਼ਵਾਸ ਕਰਾਂਗੇ ਤੇ ਫਿਰ ਜਿਹੜਾ ਸਾਡਾ ਇਤਿਹਾਸ ਹੈ ਜਿੱਥੇ ਜਾ ਕੇ ਤੁਸੀਂ ਕਹਿ ਸਕਦੇ ਹੋ ਕਿ ਸਮਾਣੇ ਦਾ ਜਿਹੜਾ ਕਾਜ਼ੀ ਵਲੀ ਹਸਨ ਹੈ ਉਹ ਔਰੰਗਜ਼ੇਬ ਦੀ ਲਿਖੀ ਮੁਕੱਦਸ ਕੁਰਾਨ ਸ਼ੀਫ ਲੈ ਕੇ ਆਉਂਦਾ ਜਿਸ ਦਾ ਜ਼ਿਕਰ ਜ਼ਫਰਨਾਮੇ 'ਚ ਵੀ ਆਉਂਦਾ ਹੈ ਕਿ ਤਸ਼ਰੀਫ ਦਰ ਕਸਬਾ ਕਾਂਗੜ ਕਨਦ ਵਜ਼ਾ ਪਸ ਮੁਲਾਕਾਤ ਬਹਮਸ਼ਵਦ ਔਰ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਕਿ ਉਹ ਕੁਰਾਨ ਮੇਰੇ ਕੋਲ ਹੈ ਤੁਰਾ ਗਰ ਬਬਾਇਦ ਬਕੋਲੇ ਕੁਰਾਨ ਬਨਿਸਦੇ ਸ਼ਮਾਰਾ ਰਸਾਨਮ ਹਮਾ ਕਿ ਜਿਹੜਾ ਕਾਸਿਦ ਹੁੰਦਾ ਹੈ ਜਿਹੜਾ ਮੈਸੰਜਰ ਹੁੰਦਾ ਹੈ ਜਿਹੜਾ ਏਲਚੀ ਹੁੰਦਾ ਹੈ ਉਹਦੇ ਨਾਲ ਚੰਗਾ ਵਰਤਾਅ ਕੀਤਾ ਜਾਂਦਾ ਪਰ ਇੱਥੇ ਕਿੰਨਾ ਮਾੜਾ ਵਰਤਾਅ ਕਰਦੇ ਸਾਨੂੰ ਵਿਖਾਇਆ ਜਾ ਰਿਹਾ ਕਿ ਅਸੀਂ 14 ਸਿੱਖ ਬੰਦੇ ਚੁਣ ਕੇ ਸੰਤ ਜਰਨੈਲ ਸਿੰਘ ਦੇ ਨਾਲ ਗੱਲਬਾਤ ਕਰਨ ਨੂੰ ਭੇਜੇ ਤੇ ਉਹਨਾਂ ਦੇ ਜਿਹੜੇ ਅੰਦਰ ਸਾਥੀ ਸੀ ਉਹਨਾਂ ਨੇ ਮੂੰਹ ਕਾਲੇ ਕਰਕੇ ਬਾਹਰ ਤੋਰ ਦਿੱਤੇ ਸੋ ਕਿਤਨਾ ਕਿਤੇ ਇਹ ਜਿਹੜੀਆਂ ਬਰੀਕੀਆਂ ਨੇ ਇਹਨਾਂ ਨੂੰ ਸਮਝਣ ਦੀ ਲੋੜ ਹੈ ਫਿਰ ਜਦੋਂ 4 ਜੂਨ ਦੀ ਗੱਲ ਕਰਦਾ ਹੈ ਕਹਿੰਦਾ ਸੀ 6 ਬੁਲੇਟ ਪ੍ਰੂਫ ਗੱਡੀਆਂ ਜਿਹੜੀਆਂ ਸੀ ਉਹ ਅੰਦਰ ਭੇਜੀਆਂ ਤੇ ਕਹਿੰਦਾ ਜਿਹੜਾ ਪਿੰਡਰਾ ਵਾਲੇ ਦੇ ਸਾਥੀਆਂ ਦੇ ਵੱਲੋਂ ਤੇ ਜਨਰਲ ਸ਼ਿਵੇਕ ਸਿੰਘ ਹੁਣਾ ਵਾਲੇ ਵੱਲੋਂ ਜਿਹੜਾ ਰਾਕੇਟ ਚਲਾਇਆ ਗਿਆ ਨਾ ਉਹ ਜਿਹੜਾ ਰਾਕੇਟ ਹੈ ਉਹ ਇਸ ਤਰ੍ਹਾਂ ਦਾ ਹੁੰਦਾ ਹੈ ਕਿ 90 ਟਨ ਦੇ ਟੈਂਕ ਨੂੰ ਰੂਮ ਵਾਂਗ ਉਡਾ ਕੇ ਸੁੱਟ ਦਿੰਦਾ ਹੁਣ ਪਹਿਲੀ ਗੱਲ ਤੇ ਇਹ ਕਿ ਮੇਰੇ ਖਿਆਲ ਦੇ ਨਾਲ ਜਿੰਨਾ ਕਿ ਮੈਂ ਪੜਿਆ ਹੈ ਸੈਨਿਕ ਜਿਹੜੇ ਕਹਿ ਸਕਦੇ ਹੋ ਕਿ ਸਿੱਖਿਆ ਦੇ ਨਾਲ ਸੰਬੰਧਿਤ ਕਿਤਾਬਾਂ ਜਾਂ ਸੈਨਿਕ ਮਨੋਵਿਗਿਆਨ ਜਾਂ ਜਿੰਨੀਆਂ ਹੋਰ ਕਿਤਾਬਾਂ ਮਿਲਟਰੀ ਟ੍ਰੇਨਿੰਗ ਦੇ ਉੱਪਰ ਮਿਲਦੀਆਂ ਨੇ ਮੇਰੇ ਖਿਆਲ ਦੇ ਨਾਲ ਹੁਣ ਤੱਕ ਦੇ ਜਿੰਨੇਕ ਟੈਂਕ ਬਣੇ ਨੇ ਕੋਈ 69 ਟਨ ਤੋਂ ਭਾਰਾ ਟੈਂਕ ਨਹੀਂ ਹੈਗਾ ਤੇ ਜਿਹੜੇ ਟੈਂਕ ਦਰਬਾਰ ਸਾਹਿਬ ਵਰਤੇ ਗਏ ਨੇ ਵਜ਼ਿਆੰਤ ਟੈਂਕ ਉਹਨਾਂ ਦਾ ਜਿਹੜਾ ਭਾਰ ਹੈ ਉਹ 41 ਤੋਂ 42 ਟਨ ਦੇ ਕਰੀਬ ਹੈ ਸੋ ਇਹ ਗੱਲ ਤਾਂ ਬਿਲਕੁਲ ਝੂਠੀ ਹੈ ਕਿ ਉਹ ਜਿਹੜਾ ਜਿਹੜੇ ਰਾਕਟ ਲਾਂਚਰ ਜਾਂ ਜਿਹੜੇ ਆਰਪੀਜੀ ਰਾਕਟ ਪ੍ਰਪੈਲਡ ਗ੍ਰਨੇਡ ਦੇ ਨਾਲ ਰਾਕਟ ਦੀ ਜਿਹੜੀ ਵਰਤੋਂ ਕੀਤੀ ਗਈ ਤੇ ਉਹ ਜਿਹੜੀ ਹੈ ਉਸ ਵਰਤੋਂ ਦੇ ਨਾਲ ਕਹਿੰਦਾ ਹੈ ਕਿ ਜਿਹੜਾ 90 ਟਨ ਦੀਆਂ ਜਿਹੜੀਆਂ ਸਾਡੇ ਜਿਹੜੇ ਟੈਂਕ ਹੁੰਦੇ ਨੇ ਉਹਨਾਂ ਨੂੰ ਸੁੱਟਣ ਦੀ ਸਮਰੱਥਾ ਰੱਖਦਾ ਸੀ ਤੇ ਉਹ ਜਿਹੜਾ ਰਾਕਟ ਹੈ ਉਹਦਾ ਭਾਰ 58 ਕਿਲੋ ਸੀ ਜੇਕਰ ਕਿਤੇ ਤੁਹਾਨੂੰ ਅਸਲੀ ਕਿਤਾਬ ਪੜਨ ਦਾ ਮੌਕਾ ਮਿਲੇ ਤਾਂ ਉਹਦੇ ਵਿੱਚ ਬਕਾਇਦਾ ਕੁਲਦੀਪ ਰਾੜ ਲਿਖਦਾ ਹੈ ਕਿ ਇੱਕ ਆਰਪੀਜੀ ਰਾਕੇਟ ਪ੍ਰਪੈਲਡ ਗ੍ਰਨੇਡ ਚਲਾਇਆ ਗਿਆ ਜਿਸ ਦੇ ਨਾਲ ਸਾਡੀ ਇੱਕ ਏਪੀਸੀ ਆਰਮਰ ਪਰਸਨਲ ਕੈਰੀਅਰ ਜਿਹੜੀ ਗੱਡੀ ਸੀ ਉਹ ਨੁਕਸਾਨੀ ਗਈ ਤੇ ਦੂਸਰਾ ਜਿਹੜਾ ਸਾਨੂੰ ਬਰਵਾਮਦ ਹੋਇਆ ਤੇ ਜਿਸ ਤੋਂ ਸਾਨੂੰ ਪਤਾ ਲੱਗਾ ਕਿ ਸੰਤ ਜਰਨੈਲ ਸਿੰਘ ਤੇ ਸ਼ਬੀਕ ਸਿੰਘ ਹੋਣਾਂ ਦੇ ਕੋਲੋਂ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਰਾਕੇਟ ਪ੍ਰਪੈਲਡ ਗ੍ਰਨੇਡ ਉਹ ਵੀ ਸੀ ਤੇ ਇਹਦਾ ਜਿਹੜਾ ਭਾਰ ਹੈ ਰਾਕੇਟ ਪ੍ਰਪੈਲਡ ਗ੍ਰਨੇਡ ਦਾ ਜੇਕਰ ਇਹਦੇ 'ਚ ਰਾਕੇਟ ਜਦੋਂ ਫਿੱਟ ਕਰ ਦਿੱਤਾ ਜਾਂਦਾ ਤੇ ਇਹਦਾ ਭਾਰ ਸਾਰਾ 8 ਕਿਲੋ ਹੁੰਦਾ ਹੈ ਤੇ ਜੇ ਰਾਕਟ ਤੋਂ ਬਿਨਾ ਹੋਵੇ ਤੇ ਤਕਰੀਬਨ ਪੌਣੇ 1.7 ਕਿਲੋ ਸਾਡੇ 1.6 ਪੌਣੇ 7 ਕਿਲੋ ਦੇ ਕਰੀਬ ਇਸ ਦਾ ਭਾਰ ਹੁੰਦਾ ਕਿਉਂਕਿ ਇੱਕ ਆਦਮੀ ਨੇ ਮੋਢੇ ਤੇ ਰੱਖ ਕੇ ਚਲਾਉਣਾ ਹੁੰਦਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗਲਤੀਆਂ ਨੇ ਕਿ 58 ਕਿਲੋ ਦਾ ਜਿਹੜਾ ਰਾਕਟ ਸੀਗਾ ਉਹ ਚਲਾਇਆ ਗਿਆ ਤੇ ਜਿਹਦੇ ਨਾਲ ਜਿਹੜੀ ਗੱਡੀ ਸੀ ਉਹ 61 ਫੁੱਟ ਜਾ ਕੇ ਸਰੋਵਰ ਦੇ ਵਿੱਚ ਡਿੱਗੀ ਇਹ ਇੱਕ ਦੋ ਨਹੀਂ ਬਲਕਿ ਉਹ ਕਈ ਗੱਡੀਆਂ ਜਿਹੜੀਆਂ ਉਹ ਡਿੱਗਣ ਦੀ ਗੱਲ ਕਰਦਾ ਹੈ ਕਿ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹ ਉੱਥੇ ਜਾ ਕੇ ਜਿਹੜੀਆਂ ਸੀਗੀਆਂ ਉਹ ਡਿੱਗ ਪਈਆਂ ਹੁਣ ਇੱਥੇ ਹੈਰਾਨਗੀ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੱਲਾਂ ਨੂੰ ਕਿਵੇਂ ਮੰਨਿਆ ਜਾਵੇਗਾ ਕਿ ਕੋਈ ਮੋਢੇ ਤੇ ਰੱਖ ਕੇ ਚਲਾਉਣ ਵਾਲਾ ਜਿਹੜਾ ਆਰਪੀਜੀ ਹੈ ਉਹਦਾ weight 58 ਕਿਲੋ ਹੁੰਦਾ ਹੈ ਜਾਂ ਫਿਰ ਉਹ 90 ਟਨ ਦੇ ਟੈਂਕ ਨੂੰ ਜਿਹੜਾ ਵਾ ਉਹ ਰੂਮ ਨੂੰ ਉਡਾ ਕੇ ਸੁੱਟ ਦਿੰਦਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਬੜੀ ਝੂਠੀ ਜਾਣਕਾਰੀ ਜਾਂ ਇੱਕ ਸਾਜ਼ਿਸ਼ ਦੇ ਤਹਿਤ ਬਣਾ ਕੇ ਪੇਸ਼ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਸਟੇਜਾਂ ਦੇ ਉੱਪਰੋਂ ਜਾਂ ਮੰਚ ਦੇ ਉੱਪਰੋਂ ਅਸੀਂ ਆਪ ਹੀ ਪ੍ਰਚਾਰਨਾ ਤੇ ਪ੍ਰਸਾਰਨਾ ਸ਼ੁਰੂ ਕਰ ਦਿੱਤਾ ਫਿਰ ਕਹਿੰਦਾ ਹੈ ਕਿ ਜਦੋਂ ਕੁਛ ਸਾਡਾ ਚਾਰਾ ਨਾ ਚੱਲਿਆ ਤੇ 5 ਜੂਨ ਨੂੰ ਫਿਰ ਅਸੀਂ ਹਾਊ ਵਿਡਜ਼ਰ 3.7 ਮਾਊਂਟਨ ਗਨ ਲੈ ਕੇ ਗਏ ਇਹ ਮੈਂ ਪੂਰਾ ਨਾਂ ਇਸ ਕਿਤਾਬ ਚ ਠੀਕ ਨਹੀਂ ਲਿਖਿਆ ਮੈਂ ਠੀਕ ਨਾਂ ਲੈ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਪਰ ਜੇਕਰ ਤੁਸੀਂ ਬਰਾਡ ਦੀ ਕਿਤਾਬ ਪੜ੍ਹੋ ਤਾਂ ਉਹ ਖੁਦ ਹੀ ਲਿਖਦਾ ਹੈ ਕਿ ਅਸੀਂ 2 ਜੂਨ ਨੂੰ ਹੀ ਜਿਹੜੀਆਂ 3.7 ਹਾਊ ਵਿਡਜ਼ਰ ਮਾਊਂਟਨ ਗਨ ਸੀਗੀਆਂ ਉਹ ਅਸੀਂ ਬੀੜ ਦਿੱਤੀਆਂ ਸੀਗੀਆਂ ਤੇ ਅਸੀਂ ਬਕਾਇਦਾ ਤੌਰ ਦੇ ਉੱਪਰ ਜਿਹੜੀ ਹੈ ਉਹ ਬੁੰਗਿਆਂ ਦੇ ਉੱਪਰ ਗੋਲੀਬਾਰੀ ਕਰਨ ਦੀ ਜਿਹੜੀ ਹੈ ਉਹ ਸਾਰੀ ਤਰਕੀਬ ਜਿਹੜੀ ਉਹ ਤਿਆਰ ਕਰ ਲਈ ਸੀ ਪਰ ਇੱਥੇ ਕਹਿ ਰਿਹਾ ਕਿ 5 ਜੂਨ ਨੂੰ ਅਸੀਂ ਉਹ ਲੈ ਕੇ ਗਏ ਸੋ ਕੋਈ ਇੰਨੀ ਛੋਟੀ ਕਹਿ ਸਕਦੇ ਹੋ ਹੌਬਿਟਸਰ ਗਨ ਕੋਈ ਛੋਟੀ ਬੰਦੂਕ ਤਾਂ ਹੈ ਨਹੀਂ ਕਿ ਜਿਹੜਾ ਇੱਕ ਬੰਦਾ ਚੁੱਕ ਕੇ ਜਿਹੜਾ ਉਹ ਅੰਦਰ ਲੈ ਜਾਵੇਗਾ ਫਿਰ ਜਗ੍ਹਾ ਜਗ੍ਹਾ ਦੇ ਉੱਪਰ ਇੱਥੇ ਗੱਲ ਹੁੰਦਾ ਸਾਡੀ ਸੀਆਈਡੀ ਇੰਜ ਸਾਡੀ ਸੀਆਈਡੀ ਇੰਜ ਵੇਖੋ ਮਿਲਟਰੀ ਵਾਲਾ ਜਿਹੜਾ ਕੋਈ ਅਫੀਸਰ ਹੋਵੇਗਾ ਕਦੀ ਸਾਡੀ ਸੀਆਈਡੀ ਦੀ ਗੱਲ ਨਹੀਂ ਕਰੇਗਾ ਇਹ ਸਾਡੀ ਦੇਸੀ ਭਾਸ਼ਾ 'ਚ ਗੱਲ ਹੁੰਦੀ ਹੈ ਕਿ ਮੇਰੀ ਬੜੀ ਸੀਆਈਡੀ ਆ ਮੈਂ ਬੜੀ ਤੁਹਾਡੀ ਸੀਆਈਡੀ ਰੱਖਦਾ ਬੇਸਿਕਲੀ ਸੀਆਈਡੀ ਇੱਕ ਡਿਪਾਰਟਮੈਂਟ ਹੈ ਜਦੋਂ ਆਰਮੀ ਦੀ ਗੱਲ ਹੁੰਦੀ ਹੈ ਤੇ ਉੱਥੇ ਮਿਲਟਰੀ ਇੰਟੈਲੀਜੈਂਸ ਦੀ ਗੱਲ ਆਉਂਦੀ ਹੈ ਐਮ ਆਈ ਦੀ ਗੱਲ ਆਉਂਦੀ ਹੈ ਪਰ ਇੱਕ ਜਿਹੜਾ ਆਫੀਸਰ ਹੈ ਉਹ ਕਦੀ ਇਹ ਗੱਲ ਨਹੀਂ ਕਰੇਗਾ ਸਾਡੀ ਸੀ ਆਈ ਡੀ ਐਂਜਸੀ ਸਾਡੀ ਸੀ ਆਈ ਡੀ ਐਂਜਸੀ ਇਹ ਗੱਲਾਂ ਜਿਹੜੀਆਂ ਨੇ ਬਿਲਕੁਲ ਮੈਂ ਸੋਚਦਾ ਇੱਕ ਬਹੁਤ ਘਟੀਆ ਲੇਖਕਦਿਆਂ ਨੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਚੰਗੇ ਆਫੀਸਰ ਨੇ ਜਿਹੜਾ ਫੌਜੀ ਨੁਕਤਾ ਨਕਾਹ ਤੋਂ ਇੱਕ ਐਡੇ ਵੱਡੇ ਅਹੁਦੇ ਦੇ ਉੱਪਰ ਪਹੁੰਚਿਆ ਹੋਵੇ ਜਿਸ ਦਾ ਮੁਕਾਬਲਾ ਕੀਤਾ ਸਾਡੇ ਸਿੰਘਾਂ ਨੇ ਸੋ ਉਹ ਇੰਨੀ ਜਿਹੜੀ ਘਟਿਆ ਜਾਣਕਾਰੀ ਰੱਖਦਾ ਹੋਵੇ ਤੇ ਇੱਕ ਘਟਿਆ ਜਾਣਕਾਰੀ ਵਾਲੇ ਆਫੀਸਰ ਨੂੰ ਜਿਹੜਾ ਉਹ ਇੰਨਾ ਵੱਡਾ ਕੰਮ ਸੌਂਪਿਆ ਹੋਵੇ ਜਿਹੜੀ ਮੈਂ ਕਹਿ ਸਕਦਾ ਕਿ ਇਸ ਸਦੀ ਦੀ ਇੱਕ ਵੱਡੀ ਅਸਾਵੀ جنگ ਸੀ ਜਿਹੜੀ ਮੈਂ ਪਿਛਲੇ ਆਪਣੇ ਲੈਕਚਰਾਂ ਦੇ ਵਿੱਚ ਤੁਹਾਡੇ ਨਾਲ ਵਿਖਿਆਨ ਕਰ ਚੁੱਕਾ ਹਾਂ ਫਿਰ ਉਹ ਕਹਿੰਦਾ ਕਿ ਜਦੋਂ ਫੌਜ ਨੂੰ ਕਿਸੇ ਪਾਸਿਓਂ ਹੀ ਸਫਲਤਾ ਨਾ ਮਿਲੀ ਤਾਂ ਫਿਰ ਐਨਐਸਜੀ ਨੂੰ ਅੰਦਰ ਭੇਜਿਆ ਗਿਆ ਰੂਸ ਦੇ ਟ੍ਰੇਨਡ ਕੀਤੇ ਕਮਾਂਡੋ ਬੜੀ ਹੈਰਾਨਗੀ ਦੀ ਗੱਲ ਹੈ ਕਿ 1984 ਦੇ ਵਿੱਚ ਤਾਂ ਐਨਐਸਜੀ ਐ ਹੀ ਨਹੀਂ ਸੀ ਤੇ ਜਿਹੜੇ ਉਹਤੇ ਸਪੈਸ਼ਲ ਗਰੁੱਪ ਜਿਹਨੂੰ ਐਸਟੀ ਕਿਹਾ ਜਾਂਦਾ ਜਿਹੜਾ ਵਰਤੋਂ ਕੀਤੀ ਗਈ ਜਿਸ ਦੀ ਸ਼ੁਰੂ ਦੇ ਵਿੱਚ ਉਹ ਤਾਂ ਇਜ਼ਰਾਈਲ ਦੀ ਕੁਫੀਆ ਏਜੰਸੀ ਮੋਸਾਦ ਦੇ ਵੱਲੋਂ ਟ੍ਰੇਨ ਕੀਤੇ ਗਏ ਸੀ ਔਰ ਇੱਥੇ ਕਹਿ ਰਿਹਾ ਕਿ ਐਨਐਸਜੀ ਜਿਹੜੀ ਹੈ ਉਸ ਨੂੰ ਅੰਦਰ ਭੇਜਿਆ ਗਿਆ ਐਨਐਸਜੀ ਬਲੈਕ ਥੰਡਰ ਜਿਹੜਾ ਬਾਅਦ ਦੇ ਵਿੱਚ ਵਰਤੋਂ ਕੀਤਾ ਉਹਦੇ ਵਿੱਚ ਜ਼ਰੂਰ ਵਰਤੋਂ ਕੀਤੀ ਗਈ ਕਿਉਂਕਿ ਐਨਐਸਜੀ ਤਾਂ ਬਣਾਈ ਹੀ ਤਕਰੀਬਨ ਸਤੰਬਰ 1986 ਦੇ ਵਿੱਚ ਤੇ 84 ਦੇ ਵਿੱਚ ਤਾਂ ਐਨਐਸਜੀ ਦੀ ਹੋਣ ਦੀ ਕੋਈ ਗੱਲ ਹੀ ਨਹੀਂ ਆਉਂਦੀ ਹਾਂ ਸਪੈਸ਼ਲ ਗਰੁੱਪ ਜਰੂਰ ਸੀ ਪਰ ਜਿਹੜੇ ਨੈਸ਼ਨਲ ਸਕਿਉਰਿਟੀ ਗਾਰਡਸ ਨੇ ਉਹ ਤਾਂ 1986 ਦੇ ਵਿੱਚ ਬਣਾਏ ਗਏ ਤੇ ਫਿਰ ਕਹਿੰਦਾ ਕਿ ਉਹਨਾਂ ਨੂੰ ਜਿਹੜੀਆਂ ਚੀਨ ਦੀਆਂ ਬਣੀਆਂ 47 56 ਤੇ AK94 ਰਾਈਫਲਾਂ ਦੇ ਕੇ ਅੰਦਰ ਭੇਜਿਆ ਗਿਆ ਵੇਖੋ ਜਿਹੜੀ ਇਹ ਐਨਐਸਟੀ ਹੈ ਇਹ ਕਦੀ ਵੀ ਇਹ ਵਾਲੀਆਂ ਜਿਹੜੀਆਂ ਅਸਾਲਟ ਰਾਈਫਲ ਜਿਹੜੇ ਉਹਨਾਂ ਨੇ ਨਾਂ ਦਿੱਤੇ ਨੇ ਇਹਨਾਂ ਦੀ ਵਰਤੋਂ ਨਹੀਂ ਕਰਦੀ ਇਹਨਾਂ ਦੇ ਹਥਿਆਰ ਹੋਰ ਨੇ ਔਰ ਦੂਸਰੀ ਗੱਲ ਕਿ AK47 ਜਿਸ ਨੂੰ ਆਟੋਮੈਟਿਕ ਕਲੈਸ਼ਨੀਕੋਵ ਕਿਹਾ ਜਾਂਦਾ ਹੈ ਉਹ ਜਰੂਰ ਰਸ਼ੀਅਨ ਰਾਈਫਲ ਹੈ ਚੀਨ AK47 ਨਹੀਂ ਬਣਾਉਂਦਾ ਚੀਨ ਦੀ ਰਾਈਫਲ AK47 ਨਹੀਂ ਹੈ ਉਹਨਾਂ 1956 ਵਿੱਚ AK56 ਬਣਾਈ ਹੈ ਜਿਹੜੇ ਹਥਿਆਰਾਂ ਦੇ ਜਾਣਕਾਰ ਨੇ ਉਹ ਵੇਖਣ ਤੋਂ ਹੀ ਇਨ੍ਹਾਂ ਦੋਹਾਂ ਅਸਾਲਟ ਰਾਈਫਲਾਂ ਦਾ ਜਿਹੜਾ ਅੰਤਰ ਹੈ ਉਸ ਨੂੰ ਸਮਝ ਜਾਂਦੇ ਨੇ ਸੋ ਇੱਕ ਆਰਮੀ ਦੇ ਅਫਸਰ ਨੂੰ ਨਾ ਪਤਾ ਹੋਵੇ ਕਿ ਚੀਨ ਦਾ ਹਥਿਆਰ ਕਿਹੜਾ ਹੈ ਤੇ NSG ਦੇ ਕੋਲ ਕਿਹੜੇ ਹਥਿਆਰ ਹੁੰਦੇ ਨੇ ਸੋ ਮੈਂ ਸੋਚਦਾ ਕਿ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਸਾਜ਼ਿਸ਼ ਹੈ ਕਿ ਤਰ੍ਹਾਂ ਦੇ ਨਾਲ ਕਿ ਸਾਡੇ ਸਾਰੇ ਉਸ ਇਤਿਹਾਸ ਨੂੰ ਜਾਂ ਉਸ ਦੇ ਬਾਰੇ ਜਿਸ ਦੇ ਉੱਪਰ ਸਾਨੂੰ ਮਾਣ ਹੈ ਕਿ ਸਾਡੇ ਯੋਧਿਆਂ ਨੇ 1984 ਦੇ ਵਿੱਚ ਬਹੁਤ ਸੀਮਤ ਹਥਿਆਰਾਂ ਦੇ ਨਾਲ ਇੱਕ ਬਹੁਤ ਵੱਡੇ ਦੇਸ਼ ਦੀ ਫੌਜ ਦਾ ਮੁਕਾਬਲਾ ਕੀਤਾ ਜਿਹੜਾ ਉਸ ਸਮੇਂ ਆਪਣੇ ਆਪ ਨੂੰ ਦੁਨੀਆ ਦੀ ਤੀਜੀ ਚੌਥੀ ਤਾਕਤ ਸਮਝਦਾ ਸੀ ਸੋ ਉਸ ਸਾਰੇ ਇਤਿਹਾਸ ਦੇ ਪ੍ਰਤੀ ਜਿਹੜੇ ਨੇ ਉਹ ਭੰਬਲ ਪੂਸੇ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਔਰ ਤੁਸੀਂ ਵੇਖੋਗੇ ਕਿ ਇਹਦੇ ਵਿੱਚ ਕਹਿੰਦਾ ਕਿ ਅਸੀਂ ਇਹ ਮੈਂ ਨਕਲੀ ਕਿਤਾਬ ਦੀ ਗੱਲ ਕਰ ਰਹੇ ਆਂ ਜ਼ਹਿਰੀਲੀ ਗੈਸ ਦੀ ਵਰਤੋਂ ਕਰ ਤੋਂ ਸਾਨੂੰ ਰੋਕ ਦਿੱਤਾ ਗਿਆ ਨਹੀਂ ਉਹਦੀ ਅਸਲੀ ਕਿਤਾਬ ਦੇ ਵਿੱਚ ਬਕਾਇਦਾ ਜ਼ਿਕਰ ਹੈ ਕਿ ਸੀਐਸ ਗੈਸ ਕਨਸਟਰ ਜਿਹੜੇ ਨੇ ਉਹ ਵਰਤੇ ਗਏ ਨੇ ਔਰ ਇਸ ਗੱਲ ਦਾ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਜਸਟੀਫਾਈ ਵੀ ਕਰਦਾ ਹੈ ਕਿ ਜਿਹੜੀ ਗੈਸ ਬਰਤਾਨੀਆਂ ਦੇ ਵੱਲੋਂ ਆਇਰਲੈਂਡ ਦੇ ਉੱਪਰ ਸਟੰਗਰ ਰੇਡਾਂ ਦੇ ਵਿੱਚ ਵਰਤੀ ਗਈ ਇਹ ਉਹਦੇ ਨਾਲੋਂ ਘੱਟ ਘਾਤਕ ਸੀ ਤੇ ਸਾਡਾ ਕੇਵਲ ਤੇ ਕੇਵਲ ਨਿਸ਼ਾਨਾ ਇਹ ਹੀ ਸੀ ਕਿ ਜਿਹੜੇ ਅੰਦਰ ਜੂਝ ਰਹੇ ਨੇ ਸੰਤਪਿੰਡਰਾਂ ਵਾਲੇ ਦੇ ਸਾਥੀ ਉਹਨਾਂ ਨੂੰ ਸਿਰਦਰਦ ਹੋਵੇ ਜਾਂ ਥੋੜੀ ਜੀ ਉਹਨਾਂ ਨੂੰ ਕਹਿ ਸਕਦੇ ਹੋ ਕਿ ਬੇਹੋਸ਼ੀ ਦੀ ਹਾਲਤ ਦੇ ਵਿੱਚ ਆ ਜਾਣ ਅਸੀਂ ਜ਼ਿਆਦਾ ਘਾਤਕ ਰਸਾਇਣਕ ਗੈਸ ਨਹੀਂ ਵਰਤੀ ਪਰ ਇਹਦੇ ਵਿੱਚ ਕਿਹਾ ਗਿਆ ਕਿ ਜ਼ਹਿਰੀਲੀ ਗੈਸ ਤੋਂ ਸਾਨੂੰ ਰੋਕ ਦਿੱਤਾ ਗਿਆ ਔਰ ਸਭ ਤੋਂ ਵੱਡੀ ਗੱਲ ਕਿ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਉਣ ਦੇ ਵਾਸਤੇ ਵਿਜਯੰਤ ਟੈਂਕ ਦੇ ਉੱਪਰੋਂ ਜਿਹੜੇ ਸਕੁਐਸ਼ ਹੈਡ ਸ਼ੈਲਜ਼ ਵਰਤੇ ਗਏ ਨੇ ਜਿਹੜੇ ਇਮਾਰਤਾਂ ਨੂੰ ਤੇ ਬੰਕਰਾਂ ਨੂੰ ਤੋੜਨ ਦੇ ਵਾਸਤੇ ਗੋਲੇ ਵਰਤੇ ਜਾਂਦੇ ਨੇ ਉਹਨਾਂ ਦਾ ਜ਼ਿਕਰ ਇਹਦੇ ਵਿੱਚ ਨਹੀਂ ਹੈਗਾ ਜਿਹੜੇ ਜੇਕਰ ਕਿਹਾ ਜਾਵੇ ਤਾਂ ਇੱਕ ਦੇਸ਼ ਦੀ ਅੰਦਰੂਨੀ جنگ ਦੇ ਵਿੱਚ ਇਹ ਪਹਿਲੀ ਐਸੀ جنگ ਸੀ ਜੀਹਦੇ ਵਿੱਚ ਸਭ ਤੋਂ ਵੱਧ ਸਕੁਐਸ਼ਡ ਸ਼ੈੱਲਸ ਇੱਕ ਵਾਰੀ ਜਨਰਲ ਹਰ ਬਖਸ਼ਿੰਗ ਹੋਣਾ ਨੇ ਤੇ ਉਸ ਤੋਂ ਬਿਨਾ ਜਿਹੜੇ ਇੱਕ ਜਨਰਲ ਜਿਨ੍ਹਾਂ ਨੇ ਜਗਜੀਤ ਸਿੰਘ ਅਰੋੜਾ ਉਹਨਾਂ ਨੇ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਵੇਖਣ ਤੋਂ ਬਾਅਦ ਇਹ ਗੱਲ ਕਹੀ ਸੀ ਕਿ ਇੰਜ ਲੱਗਦਾ ਹੈ ਕਿ ਇਸ ਇਮਾਰਤ ਦੇ ਉੱਪਰ 70 ਤੋਂ 80 ਸਕੁਐਸ਼ਡ ਸ਼ੈੱਲ ਜਿਹੜੇ ਨੇ ਉਹਨਾਂ ਦੀ ਵਰਤੋਂ ਕੀਤੀ ਗਈ ਹੈ ਪਰ ਜਿਹੜੀ ਨਕਲੀ ਕਿਤਾਬ ਹੈ ਉਹਦੇ ਵਿੱਚ ਉਸਦਾ ਬਿਲਕੁਲ ਜ਼ਿਕਰ ਨਹੀਂ ਹੈ ਅਗਲੀ ਗੱਲ ਹੋਰ ਕਰਦਾ ਕਹਿੰਦਾ ਕਿ ਜਦੋਂ ਗਿਆਨੀ ਜੈਲ ਸਿੰਘ ਮਾਫ ਕਰਨਾ ਮੈਂ ਗਿਆਨੀ ਸ਼ਬਦ ਦੀ ਵਰਤੋਂ ਕਰ ਗਿਆ ਕਰਨੀ ਨਹੀਂ ਚਾਹੀਦੀ ਪਰ ਮੈਂ ਕਿਤਾਬ ਦੇ ਮੁਤਾਬਕ ਜੋ ਕਹਿ ਰਿਹਾ ਤੁਹਾਡੇ ਨਾਲ ਕਿ ਜਿਸ ਵੇਲੇ ਦੇਸ਼ ਦਾ ਰਾਸ਼ਟਰਪਤੀ ਜੈਲ ਸਿੰਘ ਦਰਬਾਰ ਸਾਹਿਬ ਆਉਂਦਾ ਤੇ ਮੈਂ ਛਤਰੀ ਲੈ ਕੇ ਉਸਦੇ ਨਾਲ ਸੀ ਤੇ ਮਲਬੇ ਦੇ ਵਿੱਚੋਂ ਗੋਲੀ ਚੱਲੀ ਜਿਹੜੀ ਸਾਡੇ ਇੱਕ ਜਿਹੜਾ ਸੁਰੱਖਿਆ ਕਰਮੀ ਸੀ ਉਸਦੇ ਵੱਜੀ ਤੇ ਮੈਂ ਛਤਰੀ ਸਮੇਤ ਸਰੋਵਰ ਦੇ ਵਿੱਚ ਛਾਲ ਮਾਰ ਦਿੱਤੀ ਮੈਨੂੰ ਤਰਨਾ ਨਹੀਂ ਸੀ ਆਉਂਦਾ ਮੈਨੂੰ ਮੇਰੇ ਸਾਥੀ ਜਿਹੜੇ ਫੌਜੀ ਸੀ ਉਹਨਾਂ ਨੇ ਕੱਢਿਆ ਉਸ ਤੋਂ ਬਾਅਦ ਮੈਂ ਫਿਰ ਸੁੱਕੇ ਕੱਪੜੇ ਪਾ ਕੇ ਆਇਆ ਤੇ ਫਿਰ ਜੈਲ ਸਿੰਘ ਦੇ ਨਾਲ ਤੁਰ ਲੱਗਾ ਇਹ ਗੱਲ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਪਹਿਲੀ ਗੱਲ ਤੇ ਜਿਹੜੀ ਗੋਲੀ ਚਲਾਈ ਗਈ ਉਸ ਦੇ ਬਾਰੇ ਪਿਛਲੇ ਵਿਖਿਆਨਾਂ ਦੇ ਵਿੱਚ ਮੈਂ ਜ਼ਿਕਰ ਕਰ ਚੁੱਕਾ ਹਾਂ ਕਿ ਸਰਦਾਰ ਮੀਤ ਸਿੰਘ ਨਾਗੂਕੇ ਹੋਣਾ ਨੇ ਚਲਾਈ ਬ੍ਰह्म ਬੂਟਾ ਅਖਾੜਾ ਦੇ ਕੋਲ ਜ਼ਮੀਨ ਦੋਜ਼ ਇੱਕ ਕਮਰਾ ਸੀ ਜਿੱਥੋਂ ਚਲਾਈ ਗਈ ਬਕਾਇਦਾ ਤੌਰ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਦੋ ਜੌਦ ਤੱਕ ਫਿਰ ਆਪਣੀ ਦੋ ਦਿਨ ਫਿਰ ਜੰਗ ਲੜੀ ਉਸ ਦਾ ਜ਼ਿਕਰ ਅਸੀਂ ਬਕਾਇਦਾ ਕਰ ਚੁੱਕੇ ਹਾਂ ਔਰ ਇਸ ਕਿਤਾਬ ਦੇ ਵਿੱਚ ਤੇ ਸਾਰਾ ਝੂਠ ਹੈ ਕਿ ਮਲਬੇ ਦੇ ਵਿੱਚੋਂ ਕਿਸੇ ਨੇ ਗੋਲੀ ਚਲਾਈ ਤੇ ਇੱਕ ਅੰਗ ਰੱਖ ਕੇ ਜਿਹੜਾ ਸੀਗਾ ਉਸ ਦੀ ਮੌਤ ਹੋ ਗਈ ਨਹੀਂ ਉਸ ਦਾ ਨਾਂ ਐਮ ਪੀ ਚੌਧਰੀ ਸੀਗਾ ਜਿਹੜਾ ਕਿ 10 ਗਾਰਡਸ ਦੇ ਨਾਲ ਰਿਲੇਟ ਸੀਗਾ ਤੇ ਉਹ ਜ਼ਖਮੀ ਹੋਇਆ ਸੀ ਉਸ ਦਾ ਬਕਾਇਦਾ ਜ਼ਿਕਰ ਇਹਦੀ ਅਸਲੀ ਕਿਤਾਬ ਦੇ ਵਿੱਚ ਹੈ ਅਗਲੀ ਗੱਲ ਲਿਖਦਾ ਕਹਿੰਦਾ ਕਿ ਜਦੋਂ 8 ਜੂਨ ਨੂੰ ਰਾਸ਼ਟਰਪਤੀ ਜੈਲ ਸਿੰਘ ਨੇ ਪਿੰਡਰਾਵਾਲੇ ਦੀ Laash ਵੇਖੀ ਇਹ ਜੁੜੇ ਸ਼ਬਦ ਵਰਤ ਰਿਹਾ ਉਹ ਕਹਿ ਰਿਹਾ ਤੇ ਉਹ ਜ਼ਮੀਨ ਤੇ ਬੈਠ ਗਿਆ ਹੁਣ ਗੱਲ ਤੇ ਇਹ ਕਿ 7 ਜੂਨ ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੀ ਪੋਸਟ ਮਾਰਟਮ ਰਿਪੋਰਟ 8 ਜੂਨ ਨੂੰ ਅੰਤਮ ਸੰਸਕਾਰ ਦੀ ਗੱਲ ਤੇ 8 ਜੂਨ ਨੂੰ ਗਿਆਨੀ ਜੈਲ ਸਿੰਘ ਜਦੋਂ ਆਇਆ ਉਦੋਂ ਤਾਂ ਕਿਸੇ ਦੀ ਮ੍ਰਿਤਕ ਦੇ ਉੱਥੇ ਹੈ ਹੀ ਨਹੀਂ ਸੀ ਸੋ ਇਹ ਸਾਰੀ ਗੱਲ ਲੱਗਦਾ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਕ ਸਾਰੇ ਇਤਿਹਾਸ ਨੂੰ ਸਾਡੇ ਨੂੰ ਝੂਠਾ ਸਾਬਤ ਕਰਨ ਦੇ ਵਾਸਤੇ ਸਾਡੇ ਮਨਾਂ ਦੇ ਉੱਪਰ ਜਿਹੜੀ ਆ ਉਪਾਈ ਜਾ ਰਹੀ ਹੈ ਪ੍ਰੋਸੀ ਜਾ ਰਹੀ ਹੈ ਪਰ ਅਸੀਂ ਉਸ ਗੱਲ ਨੂੰ ਨਹੀਂ ਸਮਝ ਰਹੇ ਮੈਂ ਬਾਰ ਬਾਰ ਇਹ ਗੱਲ ਕਹਿਣਾ ਹੁੰਦਾ ਕਿ ਇਹ ਜਿਹੜੇ ਨੇ ਵੇਖੋ ਕਿੱਥੇ ਤਾਂ ਇਹ ਆਪ ਮੰਨਦਾ ਹੈ ਬਰਾਡ ਆਪਣੀ ਕਿਤਾਬ ਦੇ ਵਿੱਚ ਕਿ ਸਾਡੇ ਵੱਲੋਂ ਸੀਐਸ ਗੈਸ ਕਿਨਸਟਰ ਜਿਹੜੇ ਸੀ ਜ਼ਹਿਰੀਲੀ ਗੈਸ ਉਹਦੀ ਵਰਤੋਂ ਕੀਤੀ ਗਈ ਪਰ ਇਸ ਕਿਤਾਬ ਦੇ ਵਿੱਚ ਆਪਣੀ ਵਰਤੋਂ ਦੀ ਗੱਲ ਨਹੀਂ ਕਰਦਾ ਬਲਕਿ ਕਹਿੰਦਾ ਹੈ ਕਿ ਸਾਡੇ ਫੌਜੀਆ ਦੇ ਉੱਪਰ ਭਿੰਡਰਾਂ ਵਾਲੇ ਦੇ ਸਾਥੀਆਂ ਨੇ ਪ੍ਰੋਪੇਨ ਗੈਸ ਦੇ ਜਿਹੜੇ ਸਿਲੰਡਰ ਸੀ ਉਸ ਉੱਤੇ ਸੋ ਕਿਤੇ ਨਾ ਕਿਤੇ ਸਾਡਾ ਸਾਰਾ ਇਤਿਹਾਸ ਜਿਹੜਾ ਉਸ ਨੂੰ ਬਰਬਾਦ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਕਿ ਅਸੀਂ ਇਸ ਸਦੀ ਦੇ ਵਿੱਚ ਇੱਕ ਬਹੁਤ ਵੱਡੀ ਕਹਿ ਸਕਦੇ ਹਾਂ ਕਿ ਅਸਾਮੀ ਜੰਗ ਲੜੀ ਹੈ ਜਿਸ ਨੂੰ ਅਸੀਂ ਆਪਣੀਆਂ ਪ੍ਰਾਤਨ ਜੰਗਾਂ ਦੇ ਨਾਲ ਜਿਹੜੀਆਂ ਲੜੀਆਂ ਹੋਈਆਂ ਜੰਗਾਂ ਨੇ ਉਹਨਾਂ ਦੇ ਨਾਲ ਮਿਲ ਕੇ ਵੇਖਦੇ ਸੀ ਔਰ ਇਥੋਂ ਤੱਕ ਕਿ ਇਹ ਵੀ ਕਹਿੰਦਾ ਕਿ ਉੱਥੇ ਇੰਨੇ ਜਿਹੜੇ ਸੀਗੇ 에어 ਫੋਰਸ ਦੇ ਜਹਾਜ਼ ਉਹਨਾਂ ਦੀ ਵਰਤੋਂ ਕੀਤੀ ਗਈ ਪਰ ਮਿੰਟਾਂਾਂ ਵਿੱਚ 15000 ਗੋਲੀ ਦਾ ਫਾਇਰ ਹੋ ਰਿਹਾ ਸੀ ਵੇਖੋ ਬਹੁਤ ਸਾਰੇ ਪ੍ਰਤੱਖਦਰਸ਼ੀ ਜਿਹੜੇ ਨੇ ਸਾਡੇ ਜੂਨ 84 ਦੇ ਕੱਲੂ ਘਾਰੇ ਦੇ ਮੌਜੂਦ ਨੇ ਉਹਨਾਂ ਦੇ ਕੋਲ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ ਸੋ ਸਾਡਾ ਫਰਜ਼ ਬਣਦਾ ਹੈ ਵੇਖੋ ਇਹ ਇਕੱਲੇ ਵਿਅਕਤੀ ਦਾ ਮੇਰਾ ਫਰਜ਼ ਨਹੀਂ ਹੈ ਫਰਜ਼ ਤਾਂ ਮੇਰਾ ਵੀ ਹੈ ਪਰ ਮੇਰੇ ਕੋਈ ਇੰਨੀ ਸਮਰੱਥਾ ਨਹੀਂ ਹੈ ਕਿ ਇਸ ਸਾਰੀ ਗੱਲ ਨੂੰ ਜਿਹੜਾ ਇੱਕ ਵਧੀਆ ਨਿਚੋੜ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਤਿਹਾਸ ਨੂੰ ਧੁੰਦਲਾ ਕੀਤਾ ਜਾਂਦਾ ਹੈ ਮੈਂ ਉਹ ਤੱਥ ਤੁਹਾਡੇ ਸਾਹਮਣੇ ਅੱਗੇ ਰੱਖ ਸਕਦਾ ਪਰ ਕੌਮ ਨੂੰ ਇੱਕ ਸਾਂਝੇ ਕਿਤੇ ਨਾ ਕਿਤੇ ਐਸਾ ਕਹਿ ਸਕਦੇ ਹੋ ਕਿ ਇੱਕ ਰਿਸਰਚ ਸੈਂਟਰ ਦਾ ਗਠਨ ਕਰਨਾ ਪਵੇਗਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਜਿਹੜੀਆਂ ਸਾਡੇ ਕੋਲ ਝੂਠੀਆਂ ਜਾਣਕਾਰੀਆਂ ਆਉਂਦੀਆਂ ਨੇ ਤੇ ਫਿਰ ਅਸੀਂ ਉਹਨਾਂ ਝੂਠੀਆਂ ਜਾਣਕਾਰੀਆਂ ਨੂੰ ਅੱਗੇ ਸਟੇਜ ਦੇ ਉੱਪਰੋਂ ਬੋਲ ਦਿੰਨੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੇ ਬੱਚੇ ਇਹਨਾਂ ਗੱਲਾਂ ਨੂੰ ਸੁਣਨਗੇ ਜਾਂ ਤਾਂ ਵਿਸ਼ਵਾਸ ਕਰਕੇ ਅੰਧਵਿਸ਼ਵਾਸੀ ਬਣ ਜਾਣਗੇ ਤੇ ਜਾਂ ਬਿਲਕੁਲ ਹੀ ਬੇਵਿਸ਼ਵਾਸੀ ਚਲੇ ਜਾਣਗੇ ਸੋ ਸਾਡਾ ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਅਸੀਂ ਇਹਦਾ ਕ੍ਰਿਟੀਕਲ ਅਨਾਲਿਸਿਸ ਕਰੀਏ ਇਹਦਾ ਆਲੋਚਨਾਤਮਕ ਅਧਿਐਨ ਕਰੀਏ ਕਿ ਕੀ ਜੋ ਸਾਡੇ ਮਨਾਂ ਦੇ ਵਿੱਚ ਇਹਨਾਂ ਕਿਤਾਬਾਂ ਦੇ ਰੂਪ ਦੇ ਵਿੱਚ ਪਰੋਸਿਆ ਜਾ ਰਿਹਾ ਕੀ ਉਹ ਠੀਕ ਹੈ ਜੇ ਗਲਤ ਹੈ ਤਾਂ ਕਿੰਨਾ ਗਲਤ ਹੈ ਤੇ ਅਸੀਂ ਆਪਣੇ ਬੱਚਿਆਂ ਤੱਕ ਸਹੀ ਜਾਣਕਾਰੀ ਕਿਵੇਂ ਲੈ ਕੇ ਆਉਣੀ ਹੈ ਸੋ ਇਨੀਆਂ ਕੁ ਬੇਨਤੀਆਂ ਪ੍ਰਵਾਨ ਫਤਿਹ ਦੀ ਸਾਂਝ ਪਿਆਸ ਹੈ ਤੱਕ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ